खबर ते नजर हा हा। ਸਤਿ ਸ੍ਰੀ ਅਕਾਲ ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਹਰਜਿੰਦਰ ਵਾਲੀਆ ਸ਼ੋਅ ਵਿੱਚ ਤੁਹਾਡਾ ਸਵਾਗਤ। ਪਹਿਲੇ ਦਰਸ਼ਕੋ, ਅੱਜ ਦੀਆਂ ਖਬਰਾਂ ਦੇ ਵਿੱਚ ਸੇ ਸਟੋਰੀਜ਼ ਹੁੰਦੀਆਂ ਨੇ, ਜੋ ਬਿਆਨਬਾਜ਼ੀ ਹੁੰਦੀ ਹੈ, ਅੱਜ ਕੱਲ੍ਹ ਤਾਂ ਚੱਲ ਹੀ ਹੋ ਰਹੀ ਹੈ, ਤੇ ਚੱਲ ਵੀ ਸ਼ਬਦਾਂ ਦੇ ਮਰਿਆਦਾ ਦੇ ਖਿਆਲ ਰੱਖੇ ਬਿਨਾਂ ਰਹੀ। ਔਰ ਬਿੱਟੂ ਸਾਹਿਬ ਕਹਿੰਦੇ, ਰਵਨੀਤ ਬਿੱਟੂ ਕਹਿੰਦੇ, ਮੈਂ ਤਾਂ ਰਾਹੁਲ ਗਾਂਧੀ ਨੂੰ ਕਹੂੰਗਾ ਅੱਤਵਾਦੀ, 100 ਵਾਰ ਕਹੂੰਗਾ, ਉਹਦੇ ਮੂੰਹ ਤੇ ਕਹੂੰਗਾ ਪਾਰਲੀਮੈਂਟ ਦੇ ਵਿੱਚ, ਤੇ ਫਿਰ ਉੱਥੇ ਕੇਸ ਵੀ ਦਰਜ ਹੋ ਗਿਆ। ਸ਼ਿਕਾਇਤ ਇੱਕ ਦੋ ਥਾਂ ਤੇ ਹੋਈ ਹੈ, ਕਰਨਾਟਕਾ 'ਚ ਕੇਸ ਦਰਜ ਹੋਇਆ। ਔਰ ਫਿਰ ਆਪਾਂ JP ਨੱਡਾ ਦੀ ਵੀ ਗੱਲ ਕਰਨੀ ਹੈ। ਜੇ ਖੜਗੇ ਸਾਹਿਬ ਨੇ ਚਿੱਠੀ ਲਿਖੀ, ਕਾਂਗਰਸ ਦੇ ਪ੍ਰਧਾਨ ਨੇ ਚਿੱਠੀ ਲਿਖੀ, ਤਾਂ BJP ਦੇ ਪ੍ਰਧਾਨ ਨੇ ਵੀ ਚਿੱਠੀ ਲਿਖੀ ਖੜਗੇ ਸਾਹਿਬ ਨੂੰ ਕਿ ਯਾ ਕੁਛ ਕਹਿੰਦੇ ਨੇ ਤੁਹਾਡੇ ਬੰਦੇ, ਮੋਦੀ ਸਾਹਿਬ ਨੂੰ ਕੀ ਕਹਿੰਦੇ ਨੇ ਦੱਸਾਂਗੇ। ਦਿੱਲੀ ਦੀ ਕੈਬਨਿਟ ਜਿਹੜੀ ਹੈ ਪਹਿਲੋਂ ਸਹੁੰ ਚੁੱਕੂਗੀ ਆਸੀ ਸਿੰਘ, ਔਰ ਕੈਬਨਿਟ ਦੇ ਵਿੱਚ ਇੱਕ ਨਵਾਂ ਚਿਹਰਾ ਲੈ ਰਿਹਾ। ਪਰ ਹੈਰਾਨੀ ਦੀ ਗੱਲ ਹੈ ਕਿ 3 ਵਾਰ ਕੇਜਰੀਵਾਲ ਸਾਹਿਬ ਦੀ ਸਰਕਾਰ ਬਣੀ, ਤੇ ਹੁਣ ਇਹ ਬਣ ਰਹੀ ਹੈ ਆਸੀ ਸਿੰਘ ਦੀ ਸਰਕਾਰ। ਕੋਈ ਵੀ ਸਿੱਖ ਚਿਹਰਾ ਨਹੀਂ, ਸਿੱਖ ਨਹੀਂ ਨਜ਼ਰ ਆਉਂਦਾ ਉਹਨਾਂ ਨੂੰ, ਜਿਹੜਾ ਦਿੱਲੀ ਦੇ ਜਿਹੜੀ ਆਮ ਆਦਮੀ ਪਾਰਟੀ ਹੈ ਉਹਦੇ ਵਿੱਚ। ਇਹ ਵੀ ਗੱਲ ਕਰਾਂਗੇ। ਤੇ ਇੱਕ ਕੈਨੇਡਾ ਦੀ ਖਬਰ ਹੈ, ਉਹਨਾਂ ਲੋਕਾਂ ਲਈ ਜ਼ਿਆਦਾ ਦਿਲਚਸਪੀ ਹੈ ਜਿਹੜੇ ਕੈਨੇਡਾ ਜਾਣਾ ਚਾਹੁੰਦੇ ਸੀ ਬੱਚੇ। ਸਟੱਡੀ ਵੀਜ਼ੇ 'ਚ 35% ਦੀ ਕਮੀ ਹੋ ਗਈ, ਇਹ ਵੀ ਗੱਲ ਕਰਾਂ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਟਿੱਪਣੀ ਤਾਂ ਬੜੀ ਸਖ਼ਤ ਕੀਤੀ ਹੈ, ਪਰ ਉਹਦੇ ਅਮਲ ਕਦੋਂ ਹੁੰਦਾ ਇਹ ਨਹੀਂ ਪਤਾ। ਕਹਿੰਦੇ ਟੈਕਸ ਪੇਅਰ ਦਾ ਜਿਹੜਾ ਪੈਸਾ ਹੈ ਇਹ ਸਿਕਿਉਰਿਟੀ ਦੇ ਨਾਲ ਆ, ਉਹ ਲੋਕਾਂ ਨੂੰ ਸਟੇਟਸ ਸਿੰਬਲ ਲਈ ਜਿਹੜੇ ਸਿਕਿਉਰਿਟੀ ਮੰਗਦੇ ਨੇ ਨਾ, ਉਹਨਾਂ ਨੂੰ ਨਾ ਦਿਓ, ਇਹ ਕਿਹਾ। ਤੇ ਫਿਰ ਕਰਪਸ਼ਨ ਦੇ ਮਾਮਲੇ 'ਚ 2 ਅਫਸਰ, ਇੱਕ IAS ਅਫਸਰ, 6 ਕਰੋੜ ਦੇ ਤਾਂ ਹੀਰੇ ਹੀ ਮਿਲ ਗਏ ਉਹਦੇ ਘਰੋਂ, ਤੇ ਦੂਜਾ DSP, ਉਹ ਤਾਂ ਜਿਹੜਾ IAS ਹੈ ਉਹ ਤਾਂ ਸਾਬਕਾ ਸੀ, DSP ਤਾਂ ਵਰਕਿੰਗ ਹੈ, ਉਹ ਫੜਿਆ ਗਿਆ ਲਖਨਊ ਤੋਂ। ਕਿਉਂ ਫੜਿਆ ਗਿਆ, ਸਾਰੀ ਗੱਲਬਾਤ ਕਰਦੇ। ਪੰਜਾਬ ਤਿਆਰ ਰਹੇ, ਹੁਣ ਰੌਣਕਾਂ ਲੱਗਣਗੀਆਂ ਪਿੰਡਾਂ 'ਚ। ਪੰਚਾਇਤ ਚੋਣਾਂ ਦਾ ਹੋ ਗਿਆ ਐਲਾਨ 20 ਅਕਤੂਬਰ, ਇਹ ਵੀ ਗੱਲ ਕਰਨੀ ਹੈ। ਔਰ ਕੰਗਣਾ ਨਰੌਤ ਤਾਂ ਹਰ ਰੋਜ਼ ਖਬਰਾਂ 'ਚ ਰਹਿੰਦੀ ਹੈ, ਹੁਣ ਉਹਦੇ ਹੱਕ ਦੀ ਖਬਰ ਵੀ ਆਈ ਹੈ। ਬੰਬੇ ਹਾਈ ਕੋਰਟ ਨੇ ਜਿਹੜਾ ਕਿਹਾ ਕਿ ਸਰਟੀਫਿਕੇਟ ਦੇ ਦਿਓ ਸੈਂਸਰ ਬੋਰਡ ਨੂੰ, ਔਰ 25 ਤੱਕ ਸੈਂਸਰ ਬੋਰਡ ਨੂੰ ਕਿਹਾ ਵੀ ਸਰਟੀਫਿਕੇਟ ਦਿਓ ਇਹਨੂੰ। ਤੇ ਇੱਕ ਬੜੀ ਕਮਾਲ ਦੀ ਗੱਲ, ਹੁਣ ਤੱਕ ਤਾਂ ਇਉਂ ਲੱਗਦਾ ਸੀ ਕਿ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਵਾਲੇ, ਅੱਜ ਕੱਲ੍ਹ ਤਾਂ ਡਿਬਰੂਗੜ੍ਹ 'ਚ ਹੈ ਜਾਂ ਖਡੂਰ ਸਾਹਿਬ ਵਾਲੇ ਕਹਿ ਦਿੰਦੇ ਆ, ਇਹ ਇੱਕੋ ਹੀ ਸੁਰ ਦੇ ਵਿੱਚ ਬੋਲਦੇ ਨੇ। ਪਰ ਨਹੀਂ, ਉਹਨਾਂ ਦੇ ਸੁਰ ਬਹੁਤ ਵੱਖਰੀ ਹੈ। ਸਰਬਜੀਤ ਸਿੰਘ ਤਾਂ ਸਟੇਟ ਅਟੋਨਮੀ ਦੀ ਗੱਲ ਕਰਦੇ ਨੇ, ਉਹ ਤਾਂ ਗੱਲ ਕਹਿੰਦੇ ਜੀ ਜਿਵੇਂ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਹੈ, ਉਵੇਂ ਯੂਨਾਈਟਿਡ ਸਟੇਟਸ ਆਫ ਇੰਡੀਆ ਚਾਹੀਦਾ ਹੈ। ਅਟੋਨਮੀ ਦੀ ਗੱਲ ਹੈ, ਉਹ ਖਾਲਿਸਤਾਨ ਦੀ ਗੱਲ ਨਹੀਂ ਉਹ ਕਹਿੰਦੇ। ਫਿਰ ਆਪਾਂ ਹਰਿਆਣਾ ਦੇ ਵਿੱਚ ਜੋ ਬੋਲੀ ਲੱਗ ਰਹੀ ਹੈ, ਖਾਸ ਤੌਰ 'ਤੇ ਬੀਬੀਆਂ ਦੀ ਵੋਟਾਂ ਦੀ, ਬੜੀ ਕਮਾਲ ਹੈ ਸਾਡੇ ਦੇਸ਼ ਦੀ ਸਿਆਸਤ। ਕੁਛ ਦਿਨ ਪਹਿਲਾਂ ਜਦੋਂ ਕਾਂਗਰਸ ਨੇ ਆਪਦਾ ਮੈਨੀਫੈਸਟੋ ਜਾਰੀ ਕੀਤਾ, ਕਹਿੰਦੇ ਜੀ 2000 ਰੁਪਇਆ ਮਹੀਨੇ ਦਾ ਦੇਵਾਂਗੇ, ਤੇ ਕੱਲ੍ਹ ਫਿਰ ਭਾਰਤੀ ਜਨਤਾ ਪਾਰਟੀ ਕਹਿੰਦੀ ਅਸੀਂ 2100 ਦੇਵਾਂਗੇ, ਬੋਲੀ ਲਾਤੀ ਨਾ। ਪਰ ਕਮਾਲ ਦੋਨਾਂ ਦੀ ਹੈ ਕਿ ਕਦੋਂ ਦੇਵਾਂਗੇ, ਇਸ ਤਰ੍ਹਾਂ ਦਾ ਝੂਠ ਬੋਲ ਕੇ ਪੰਜਾਬ ਸਰਕਾਰ, ਕੇਜਰੀਵਾਲ ਦਾ ਫੋਟੋ ਲੈ ਗਿਆ ਸੀ ਪੰਜਾਬ 'ਚ,
ਇਹ ਕਿਸੇ ਨੇ ਕਿਹਾ, ਬੀਜੇਪੀ ਵੀ ਨੇ ਕਿਹਾ 2100 ਦੇਵਾਂਗੇ, ਕਦੋਂ ਦੇਵਾਂਗੇ ਨਹੀਂ ਦੱਸਿਆ। ਤੋ ਇਹ ਬਹੁਤ ਸਾਰੀਆਂ ਖਬਰਾਂ ਨੇ, ਆਪਾਂ ਗੱਲ ਕਰਾਂਗੇ, ਲੇਕਿਨ ਪਹਿਲਾਂ ਤਾਂ ਲੈ ਲਈਏ ਵੱਡੀ ਖਬਰ, ਰਾਹੁਲ ਗਾਂਧੀ ਦਾ ਬਿਆਨ ਜਿਹੜਾ ਅਮਰੀਕਾ ਚ ਦਿੱਤਾ ਉਹ ਲਗਾਤਾਰ ਵਿਵਾਦਾਂ ਚ ਹੈ, ਤੇ ਰਵਨੀਤ ਬਿੱਟੂ ਤਾਂ ਹੋਰ ਹਮਲਾਵਰ ਹੋ ਗਿਆ। ਜਿਹੜੀ ਸਿੱਖਾਂ ਬਾਰੇ ਬਿਆਨ ਦਿੱਤਾ ਸੀ ਨਾ ਵਰਜੀਨੀਆ ਦੇ ਵਿੱਚ ਕਿ ਕੜਾ ਪੱਗ ਗੁਰਦੁਆਰੇ ਜਾਣਾ, ਪਤਾ ਨਹੀਂ ਰਿਲੀਜੀਅਸ ਮਿਨੋਰਟੀ ਦੇ ਦੀ ਫਰੀਡਮ ਨੂੰ ਲੈ ਕੇ ਉਹਨਾਂ ਨੇ ਗੱਲ ਕੀਤੀ ਸੀ, ਉਸ ਨੂੰ ਲੈ ਕੇ ਹੁਣ ਤਾਂ ਅੱਤਵਾਦੀ ਨੰਬਰ 1 ਤੋਂ ਵੱਧ ਰਵਨੀਤ ਬਿੱਟੂ ਕਹਿੰਦਾ ਇਹ ਤੇ ਕੌਣ ਹੈ, ਪੰਨੂ ਹੈ, ਪਾਕਿਸਤਾਨ ਹੈ ਤੇ ਰਾਹੁਲ ਗਾਂਧੀ ਹੈ, ਇਸ ਕਿਸਮ ਦੀ ਗੱਲ। ਹੁਣ ਪਹਿਲਾਂ ਤਾਂ ਮੈਂ ਤੁਹਾਨੂੰ ਤਿੰਨ ਬੰਦੇ ਜਿਹੜੇ ਬਿਆਨ ਜਿਹਨਾਂ ਦੇ ਕਰਕੇ 3-4 ਦਿਨ ਨਾ ਇਹ ਚਰਚਾ ਹੋ ਰਹੀ ਹੈ ਤੇ ਫਿਰ ਕੇਸ ਦਰਜ ਕੀਤੇ ਹੋਏ ਨੇ ਇਹ ਦੱਸਦਾ। ਦੇਖੋ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਪੁੱਠਾ ਸਿੱਧਾ ਬਿਆਨ ਦਿੱਤਾ ਸੀ ਜਿਹੜਾ, ਉਹ ਵੀ ਕਾਂਗਰਸ ਚੋਂ, ਜਿਵੇਂ ਬਿੱਟੂ ਕਾਂਗਰਸ ਚੋਂ ਆਇਆ, ਉਹ ਵੀ ਇੱਕ ਕਾਂਗਰਸ ਦਾ ਸਾਬਕਾ MLA ਤੇ ਭਾਰਤੀ ਜਨਤਾ ਪਾਰਟੀ ਦਾ ਅੱਜ ਕੱਲ੍ਹ ਕਾਰਕੁਨ ਹੈ ਤਰਵਿੰਦਰ ਸਿੰਘ ਮਰਵਾਹਾ, ਉਹ ਕਹਿੰਦਾ ਰਾਹੁਲ ਗਾਂਧੀ ਤੂੰ ਬਾਜ ਆ ਜਾ ਇਹ ਭਾਸ਼ਣ ਹੈ ਉਹਦਾ, ਨਹੀਂ ਤਾਂ ਆਉਣ ਵਾਲੇ ਟਾਈਮ ਵਿੱਚ ਤੇਰਾ ਵੀ ਉਹੀ ਹਾਲ ਕਰਾਂਗੇ ਜੋ ਤੇਰੀ ਦਾਦੀ ਦਾ ਹੋਇਆ ਸੀ। ਇਸ ਤਰ੍ਹਾਂ ਦਾ ਸਿੱਧਾ ਭਾਸ਼ਣ ਉਹਦਾ ਪ੍ਰੋਟੈਸਟ ਕਰਦੇ ਹੋਏ ਸੋਨੀਆ ਗਾਂਧੀ ਦੇ ਘਰ ਦੇ ਸਾਹਮਣੇ। ਫਿਰ ਆ ਜਾ ਰਣਜੀਤ ਸਿੰਘ ਬਿੱਟੂ, ਕਹਿੰਦਾ ਇਹ ਤਾਂ ਰਾਹੁਲ ਗਾਂਧੀ ਤਾਂ ਹਿੰਦੁਸਤਾਨੀ ਨਹੀਂ ਹੈ। ਕਮਾਲ ਹੈ ਵੈਸੇ, ਜਿਹੜੀ ਜਿਹੜਾ ਬੰਦਾ 3 ਵਾਰ MP ਬਣਿਆ ਹੋਵੇ ਤੇ ਇਹਨੂੰ ਲੀਡਰ ਮੰਨਦਾ ਹੋਵੇ ਉਹਨੂੰ ਕਹਿ ਰਿਹਾ ਰਾਹੁਲ ਹਿੰਦੁਸਤਾਨੀ ਨਹੀਂ ਹੈ, ਭਾਰਤ ਨਾਲ ਉਹਨੂੰ ਪਿਆਰ ਨਹੀਂ, ਇਹ ਤਾਂ ਦੇਸ਼ ਦਾ ਨੰਬਰ 1 ਟੈਰਿਸਟ ਹੈ, ਅੱਤਵਾਦੀ ਹੈ, ਇਹ ਬਿੱਟੂ ਨੇ ਕਿਹਾ। ਫਿਰ ਇੱਕ ਸੰਜੇ ਗਾਇਕਵਾੜ ਹੈ ਮਹਾਰਾਸ਼ਟਰ ਦਾ, ਉਹਨੇ ਉੱਥੇ ਮਹਾਰਾਸ਼ਟਰ ਦੇ ਬੁਲਢਾਣਾ ਦੇ ਵਿੱਚ ਜਿਹੜੀ ਰੈਜ਼ਰਵੇਸ਼ਨ ਦੇ ਹਵਾਲੇ ਨਾਲ ਗੱਲ ਕੀਤੀ, ਕਹਿੰਦਾ ਵੈਸੇ ਮੈਂ ਤੁਹਾਨੂੰ ਦੱਸਦਾ ਜੋ ਵੀ ਇਹਦੀ ਜੀਪ ਕੱਟੂ ਨਾ ਰਾਹੁਲ ਦੀ ਉਹਨੂੰ ਮੈਂ 11 ਲੱਖ ਦਿਉਂ। ਇੱਕ ਹੋਰ ਉੱਠਿਆ ਉਹ ਕਹਿੰਦਾ ਮੈਂ ਤਾਂ ਜੀਪ ਨੂੰ ਦਾਗ ਦਊਂ। ਜਾਨੀ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਰਾਹੁਲ ਗਾਂਧੀ ਦੇ ਖਿਲਾਫ। ਇਸ ਨੂੰ ਲੈ ਕੇ ਪਹਿਲਾਂ ਤਾਂ ਚਿੱਠੀ ਲਿਖੀ ਖੜਗੇ ਸਾਹਿਬ ਨੇ, ਇਹਦਾ ਜਵਾਬ JP ਨੱਡਾ ਨੇ ਦਿੱਤਾ, ਮੈਂ ਅੱਗੇ ਜਾ ਕੇ ਦੱਸਦਾ। ਹੁਣ ਇਹਦੇ ਲਈ ਜਿਹੜਾ ਇਹ ਕੁਛ ਕੀਤਾ, ਇਹਦੇ ਲਈ 2 ਕਿਸਮ ਦੇ ਜਿਹੜੇ ਹੈ ਗੱਲਾਂ ਹੋਈਆਂ। ਇੱਕ ਤਾਂ ਜਿਹੜਾ ਕਰਨਾਟਕ ਦੇ ਵਿੱਚ FIR ਲਾਂਚ ਹੋਈ, ਉੱਥੋਂ ਦੇ ਕਾਂਗਰਸ ਦੇ, ਕਰਨਾਟਕਾ ਚ ਕਾਂਗਰਸ ਦੀ ਸਰਕਾਰ ਹੈ, ਉੱਥੋਂ ਦੇ ਇੱਕ ਕਾਂਗਰਸ ਦੇ ਅਧਿਕਾਰੀ ਨੇ ਇਹ ਕੀਤਾ। ਉਹਨਾਂ ਨੇ ਜਿਹੜਾ ਧਾਰਾ 353 ਜਿਹੜੀ ਭਾਰਤੀ ਨਿਆਇ ਸੰਸਥਾ ਹੈ ਨਾ, ਵਿਧਾਈ PC ਹੁੰਦੀ ਸੀ, ਹੁਣ ਇਹ ਭਾਰਤੀ ਨਿਆਇ ਸੰਸਥਾ, ਇਹਦੇ ਚ 353 ਜਾਨੀ ਅਫਵਾਹ ਫੈਲਾਉਣ ਵਾਲੀ ਧਾਰਾ, ਫਿਰ 192 ਦੰਗਾ ਭੜਕਾਉਣ ਵਾਲੀ, ਫਿਰ 196 ਜਿਹੜਾ ਨਫ਼ਰਤ ਫੈਲਾਉਣ ਵਾਲੀ, ਇਹਨਾਂ ਨੂੰ ਆਧਾਰ ਬਣਾ ਕੇ ਬਿੱਟੂ ਦੇ ਖਿਲਾਫ FIR ਲਾਂਚ ਹੋਈ ਹੈ। ਇਸ ਤੋਂ ਪਹਿਲਾਂ ਅਜੇ ਬਾਕਨ ਔਰ ਅਲਕਾ ਲਾਂਬਾ ਨੇ ਤੁਗਲਕ ਜਿਹੜਾ ਰੋਡ ਦਾ ਥਾਣਾ ਹੈ ਦਿੱਲੀ ਦਾ, ਉੱਥੇ ਸ਼ਿਕਾਇਤ ਦਰਜ ਕਰਾਈ ਸੀ ਇਹਦੀ, ਮਰਵਾਏ ਦੀ, ਗਾਇਕਵਾੜ ਦੀ, ਤੇ ਹੁਣ ਇਹਨਾਂ ਨੇ ਕੀਤਾ। ਹੁਣ ਜਿਹੜਾ ਬਿੱਟੂ, ਇਸ ਤੋਂ ਬਾਅਦ ਜਦੋਂ FIR ਹੋਣ ਤੋਂ ਬਾਅਦ ਕਹਿੰਦਾ ਮੈਂ ਤਾਂ ਨਹੀਂ, ਮੈਂ ਤਾਂ ਬੋਲੂੰਗਾ ਇਹ ਜਿਹੜਾ ਰਾਹੁਲ ਗਾਂਧੀ ਅੱਤਵਾਦੀ ਹੈ, 100 ਵਾਰ ਕਹੂੰਗਾ ਤੇ ਨਾਲ ਮੈਂ ਪਾਰਲੀਮੈਂਟ ਚ ਵੀ ਕਹੂੰਗਾ ਤੇ ਮੂੰਹ ਤੇ ਕਹੂੰਗਾ। ਬੜਾ ਤਿੱਖਾ ਹੋਇਆ ਰਵਨੀਤ ਬਿੱਟੂ ਤੇ ਇਹ ਚੱਲ ਰਿਹਾ। ਇਸ ਦਰਮਿਆਨ ਹੀ ਖੜਗੇ ਸਾਹਿਬ ਨੇ ਕਿਹਾ ਸੀ ਕਿ ਰਾਹੁਲ ਗਾਂਧੀ ਨੂੰ ਧਮਕੀਆਂ ਆ ਰਹੀਆਂ ਨੇ, ਮੋਦੀ ਸਾਹਿਬ ਕੁਛ ਕਰੋ, ਰੋਕੋ ਇਹਨਾਂ ਨੂੰ, ਇਹ ਕੀ ਕਰ ਰਹੇ ਨੇ, ਤੇ ਮੋਦੀ ਸਾਹਿਬ ਤੁਹਾਡੇ ਬੋਲੇ
ਉਹ ਤਾਂ ਕਦੇ ਵੀ ਨਹੀਂ ਬੋਲਦੇ। ਕੰਗਨਾ ਰਣੌਤ ਇੰਨਾ ਕੁਛ ਕਹੀ ਜਾਂਦੇ, ਕੋਈ ਬੋਲਿਆ ਉਹਨਾਂ ਚੋਂ? ਉਦੋਂ ਵੀ ਜੇਪੀ ਨੱਡਾ ਨੇ ਬਲਬੀਰ ਜੀ ਨੂੰ ਕਿਹਾ ਸੀ ਐ ਨੀ ਕਹਿਣਾ ਚਾਹੀਦਾ, ਫਿਰ ਬੋਲੀ ਜਾਂਦੀ ਹੈ ਪਿੱਛੇ ਜੇ, ਫਿਰ ਕਿਹਾ ਇਹ ਤਾਂ ਸੰਤ ਤਾਂ ਅੱਤਵਾਦੀ ਹੈ ਭਿੰਡਰਾਂ ਵਾਲਾ। ਖੈਰ ਹੁਣ ਜੇਪੀ ਨੱਡਾ ਨੇ ਕੀ ਚਿੱਠੀ ਲਿਖਤੀ ਖੜਗੇ ਸਾਹਿਬ ਨੂੰ, ਉਹ ਵੀ ਬੜੀ ਕਮਾਲ ਹੈ। ਖੜਗੇ ਸਾਹਿਬ ਨੂੰ ਚਿੱਠੀ ਲਿਖ ਕੇ ਦੋ ਤਿੰਨ ਸਵਾਲ ਕੀਤੇ ਪਹਿਲਾਂ ਤੋਂ, ਇਹਦੇ ਵਿੱਚ ਸਾਨੂੰ ਸਮਝ ਨਹੀਂ ਆਉਂਦੀ ਤੁਹਾਨੂੰ ਰਾਹੁਲ ਗਾਂਧੀ ਨਜ਼ਰ ਕੀ ਆਉਂਦਾ, ਉਹਦੇ ਮਾਣ ਕਿਉਂ ਕਰਦੇ ਹੋ, ਕਿਹੜੀ ਗੱਲ ਦਾ ਮਾਣ ਹੈ? ਕੀ ਉਹ ਪਾਕਿਸਤਾਨ ਪ੍ਰਸਤ ਬੰਦਾ ਹੈ? ਕੀ ਉਹ ਭਾਰਤ ਵਿਰੋਧੀ ਲੋਕਾਂ ਨਾਲ ਜਿਹੜਾ ਉਹਦਾ ਖੜਾ, ਇਸ ਕਰਕੇ ਤੁਹਾਨੂੰ ਉਹਦੇ ਪ੍ਰਾਊਡ ਹੈ? ਫਿਰ ਉਹ ਕਹਿੰਦੇ ਕੀ ਉਹ ਦੇਸ਼ ਨੂੰ ਤੋੜ ਰਿਹਾ ਹੈ, ਤੋੜਨ ਵਾਲੀ ਸ਼ਕਤੀਆਂ ਦੇ ਨਾਲ ਖੜਦਾ ਹੈ ਤਾਂ ਮਾਣ ਕਰਦੇ ਹੋ? ਉਹ ਕਹਿੰਦੇ ਸਮਾਜ ਦੇ ਇੱਕ ਹਿੱਸੇ ਨੂੰ ਦੂਜੇ ਹਿੱਸੇ ਨਾਲ ਲੜਾਉਂਦਾ ਹੈ ਤਾਂ ਮਾਣ ਕਰਦੇ ਹੋ? ਜੰਮੂ ਕਸ਼ਮੀਰ ਦੇ ਵਿੱਚ ਸ਼ਾਂਤੀ ਦੇ ਵਿਰੁੱਧ ਜ਼ਹਿਰ ਉਗਲ ਰਿਹਾ ਉਹ, ਕਿਉਂਕਿ ਆਰਟੀਕਲ 317 ਦੀ ਗੱਲ ਕਰ ਰਿਹਾ। ਕਹਿੰਦੇ ਰਾਹੁਲ ਗਾਂਧੀ ਨੂੰ ਤੁਸੀਂ ਤਾਂ ਉਹਤੇ ਮਾਣ ਕਰਦੇ ਹੋ? ਫਿਰ ਉਹ ਕਹਿੰਦਾ ਜਿਹੜਾ ਸਿੱਖਾਂ ਦੀ ਪੱਗ ਬਾਰੇ ਬਿਆਨ ਦਿੰਦਾ ਹੈ, ਇਸ ਕਰਕੇ ਵਾਰ ਵਾਰ ਹਿੰਦੂ ਸਨਾਤਨੀ ਦਾ ਅਪਮਾਨ ਕਰਦਾ ਹੈ, ਇਸ ਕਰਕੇ ਜਿਹੜੀ ਇਹ ਤਾਂ ਸਵਾਲ ਕੀਤੇ ਜੇਪੀ ਨੱਡਾ ਨੇ। ਫਿਰ ਇੱਕ ਗੱਲ ਹੋਰ ਕੀਤੀ, ਕਹਿੰਦੇ ਇਹ ਤੁਹਾਡੀ ਜਿਹੜੀ ਪਾਰਟੀ ਹੈ ਤੁਸੀਂ ਕਹਿੰਦੇ ਹੋ ਵੀ ਆਹ ਕੁਛ ਹੈ, ਤੁਸੀਂ ਕਿਹੜਾ ਘੱਟ ਕਰਦੇ ਹੋ? ਸੋਨੀਆ ਗਾਂਧੀ ਨੇ ਮੋਦੀ ਨੂੰ ਮੌਤ ਦਾ ਸੌਦਾਗਰ ਕਿਹਾ ਸੀ, ਰਾਹੁਲ ਗਾਂਧੀ ਇਹਨੂੰ ਡੰਡਿਆਂ ਨਾਲ ਕੁੱਟਣ ਦੀ ਗੱਲ ਕਰਦਾ ਸੀ ਮੋਦੀ ਨੂੰ। ਫਿਰ ਉਹਨਾਂ ਨੇ ਇੱਕ ਲਿਸਟ ਦੇ ਦਿੱਤੀ ਪੂਰੀ, ਆਪਦੀ ਚਿੱਠੀ ਮੈਂ ਪੜ੍ਹੀ ਉਹ ਜਿਹੜੀ ਲਿਖੀ ਹੈ ਉਹਨਾਂ ਨੇ ਪਬਲਿਕ ਕੀਤੀ ਹੈ। ਉਹ ਕਹਿੰਦੇ ਤੇਰੀ ਕਬਰ ਕਦੋਂ ਖੁਦੂਗੀ ਮੋਦੀ, ਉਹ ਕਬ ਖੁਦੇਗੀ ਆਪਕੀ ਕਬਰ ਮੋਦੀ? ਫਿਰ ਜ਼ਹਿਰੀਲਾ ਸਾਹਿਬ ਹੈ ਮੋਦੀ ਤੋਂ। ਫਿਰ ਕਦੇ ਕਦੇ ਰਾਵਣ ਕਹਿ ਦਿੰਦੇ ਤੁਸੀਂ ਮੋਦੀ ਨੂੰ, ਕਦੇ ਕਹਿ ਦਿੰਦੇ ਕੁੱਤੇ ਦੀ ਮੌਤ ਮਰੂਗਾ, ਰਾਕਸ਼ਸ ਕਿਹਾ ਤੁਸੀਂ ਇਹਨੂੰ। ਫਿਰ ਇੱਕ ਬੰਦਾ ਕਹਿੰਦਾ ਇਹਨੂੰ ਮੋਦੀ ਨੂੰ ਜ਼ਮੀਨ ਚ ਕੱਢ ਦਾਂਗੇ। ਕਾਲਾ ਅੰਗਰੇਜ਼ ਕਹਿੰਦੇ ਤੁਸੀਂ ਕਹਿੰਦੇ ਹੋ, ਦੁਰਯੋਧਨ ਕਹਿੰਦੇ ਹੋ ਤੁਸੀਂ ਇਹਨੂੰ, ਗੰਵਾਰ ਕਹਿੰਦੇ ਹੋ, ਅਨਪੜ੍ਹ ਨਮਕ ਹਰਾਮ ਕਹਿੰਦੇ ਹੋ। ਕਹਿੰਦੇ ਮੋਦੀ ਸਾਹਿਬ ਨੂੰ ਤਾਂ ਤੁਸੀਂ ਇੰਨਾ ਕੁਛ ਕਹਿੰਦੇ ਹੋ, ਸਾਨੂੰ ਕਹਿੰਦੇ ਤੁਸੀਂ ਇਹਨੂੰ ਇਹ ਕਹਿਤਾ, ਤੁਸੀਂ ਰੋਕਿਆ ਲੋਕਾਂ ਨੂੰ ਆਪਦਿਆਂ ਨੂੰ? ਇੱਥੋਂ ਤੱਕ ਕਹਿੰਦੇ ਨੱਡਾ ਸਾਹਿਬ ਕਹਿੰਦੇ ਕਿ ਤੁਸੀਂ ਉਹਨਾਂ ਦੇ ਮਾਤਾ ਪਿਤਾ ਵੀ ਛੱਡਦੇ, ਤੇ ਕਹਿੰਦਾ ਇਹੋ ਜਿਹੇ ਬਿਆਨ ਜਿਹੜੇ ਨੇ ਉਹਨਾਂ ਨੂੰ ਦੇ ਕੇ ਸਾਨੂੰ ਸ਼ਰਮ ਆਉਂਦੀ ਹੈ। ਹੁਣ ਸਾਨੂੰ ਭਾਈ ਤੁਹਾਨੂੰ ਦੋਨਾਂ ਨੂੰ ਸ਼ਰਮ ਆਉਂਦੀ ਹੈ ਜਾਂ ਨਹੀਂ ਆਉਂਦੀ, ਲੇਕਿਨ ਸਾਨੂੰ ਜ਼ਰੂਰ ਸ਼ਰਮ ਆਉਂਦੀ ਹੈ ਵੀ ਆਹ ਕੋਈ ਮਰਿਆਦਾ ਹੀ ਨਹੀਂ ਰੱਖਦੇ ਸਾਡੇ ਲੀਡਰ, ਮਤਲਬ ਇੱਥੇ ਤੱਕ ਚਲੇ ਜਾਂਦੇ ਨੇ। ਤੁਸੀਂ ਜਿਹੜੀ ਗੱਲ ਕਰਨੀ ਹੈ ਕਰੋ, ਲੇਕਿਨ ਮਜਬੂਰੀ ਹੁੰਦੀ ਹੈ ਮੀਡੀਆ ਦੀ, ਇਹ ਸੇ ਸਟੋਰੀਜ ਦੇਣੀਆਂ ਪੈਂਦੀਆਂ ਨੇ ਇੱਕ ਦੂਜੇ ਦੇ ਖਿਲਾਫ, ਸਾਰੇ ਕਿਤੇ ਚੱਲਦਾ ਕੰਮ, ਕੱਲਾ ਨਹੀਂ ਇਹ ਜਿਹੜੀ ਹਰ ਇੱਕ ਥਾਂ ਤੇ ਚੱਲਦੀ ਹੈ। ਖੈਰ ਹੁਣ ਆਪਾਂ ਅੱਗੇ ਵਧੀ, ਅਗਲੀ ਖਬਰ ਕੇਜਰੀਵਾਲ ਅੱਜ ਕੱਲ੍ਹ ਖਬਰਾਂ 'ਚ ਹੀ ਹੈ। ਅਰਵਿੰਦ ਕੇਜਰੀਵਾਲ ਇਸ ਕਰਕੇ ਵੀ ਖਬਰਾਂ 'ਚ, ਅੱਜ ਤੋਂ ਪ੍ਰਚਾਰ ਸ਼ੁਰੂ ਕਰਨਾ ਹਰਿਆਣਾ 'ਚ, ਤੇ ਸੰਦੀਪ ਪਾਠਕ ਨੇ ਦੱਸਤਾ ਕਿ ਜੀ ਕੇਜਰੀਵਾਲ ਤਾਂ ਧੂੰਆਂ ਤਾਰ ਪ੍ਰਚਾਰ ਕਰਨਗੇ, ਤੇ ਹੁਣ ਅੱਜ ਉਹਨਾਂ ਨੇ ਜਮੁਨਾ ਨਗਰ ਤੇ ਜਗਾਦਰੀ ਕਰਨਾ, ਫਿਰ ਉਹ ਦੁਆ ਰੋਡ ਸ਼ੋਅ ਕਰਨਾ, ਜਗਾਦਰੀ ਤੋਂ ਬਾਅਦ ਡੱਬ ਵਾਲੀ, ਰਾਣੀਆਂ, ਭਵਾਨੀ, ਰਵਾੜੀ, ਦਾਦਰੀ, ਸੰਧ, ਇੱਥੇ ਜਾਣਾ। ਅੱਜ ਪਤਾ ਲੱਗ ਜੂ ਭਗਵੰਤ ਮਾਨ ਨੂੰ ਕਿੰਨਾ ਕੁ ਇਗਨੋਰ ਕੀਤਾ ਜਾਂਦਾ, ਹੁਣ ਤੱਕ ਤਾਂ ਕੋਈ ਡੋਂਗ ਹੀ ਨਹੀਂ। ਨਾਲੇ ਸੰਦੀਪ ਪਾਠ ਕਰਕੇ ਤੇ ਸ਼ੁਰੂ ਹੋਈ ਹੈ ਕਾਠੀ ਜਲੰਧਰ ਤੋਂ, ਤੇ ਭਗਵੰਤ ਮਾਨ ਕਿਵੇਂ ਆਉਂਦਾ, ਕਿੱਥੇ ਆਉਂਦਾ, ਉਹ ਸਾਰੇ ਉਹਨਾਂ ਨੇ ਹਾਲੇ ਤੱਕ ਨਹੀਂ ਦੱਸਿਆ ਵੀ ਕਿੱਥੇ ਹੈ ਭਗਵੰਤ ਮਾਨ, ਉਹ ਅੱਗੇ ਜਾ ਕੇ ਆਪਾਂ ਗੱਲ ਕਰਦੇ ਹਾਂ। ਦੂਜੀ ਖਬਰ ਜਿਹੜੀ ਕੇਜਰੀਵਾਲ ਨਾਲ ਸੰਬੰਧਿਤ,
ਕੇਜਰੀਵਾਲ ਨੇ ਜਿਹੜੀ ਕਹਿ ਦੀ ਹੈ ਆਸੀ ਸਿੰਘ ਵੀ ਮੇਰਾ ਗੁਰੂ ਹੈ ਕੇਜਰੀਵਾਲ ਦੀ ਚੇਲੀ ਨੂੰ ਬਣਾਇਆ ਮੁੱਖ ਮੰਤਰੀ ਤੇ ਫਿਰ ਉਹਨਾਂ ਨੇ ਮਿਲ ਕੇ ਸਲਾਹ ਕੀਤੀ ਵੀ ਹੁਣ ਆਪਾਂ ਮੰਤਰੀ ਮੰਡਲ ਲਈ ਵੀ ਕੱਲ ਨੂੰ ਸਹੁੰ ਚੁੱਕਣੀ ਹੈ ਤੇ ਚਾਰੇ ਤਾਂ ਉਹੀ ਮੰਤਰੀ ਨੇ ਜਿਹੜੇ ਕੇਜਰੀਵਾਲ ਸਾਹਿਬ ਆਏ ਗੋਪਾਲ ਰਾਏ ਸੌਰਵ ਭਾਰਦਵਾਜ ਕੈਲਾਸ਼ ਗਹਿਲੋਤ ਇਮਰਾਨ ਹੁਸੈਨ ਇਹ ਤਾਂ ਉਹੀ ਨੇ ਇੱਕ ਨਵਾਂ ਲੈ ਲਿਆ ਮੁਕੇਸ਼ ਰਾਵਤ ਇਹ ਨਵਾਂ ਚਿਹਰਾ ਹੋਊਗਾ ਜਿਹੜਾ ਇਹਨਾਂ ਨੇ ਜਦੋਂ ਕੱਲ ਨੂੰ ਸਹੁੰ ਚੁੱਕਣੀ ਹੈ ਹੁਣ ਆਸੀ ਸਿੰਘ ਦੀ ਜਿਹੜੀ ਕੈਬਨਿਟ ਇਹ ਬਣ ਗਈ ਹੈ ਲੇਕਿਨ ਹੁਣ ਰੌਲਾ ਇਹ ਹੈ ਕਿ ਤਿੰਨ ਵਾਰ ਤਾਂ ਕੇਜਰੀਵਾਲ ਸਾਹਿਬ ਬਣੇ ਔਰ ਪੰਜਾਬ ਨੇ ਉਹਨਾਂ ਦੀ ਹੋਰ ਅਦਰਵਾਈਜ਼ ਤਾਂ ਉਹਨਾਂ ਕੋਲ ਹੈ ਕੀ ਲੋਕ ਸਭਾ ਚ ਤਾਂ ਪੰਜਾਬ ਵੀ ਜਾਂਦਾ ਹੈ ਤੇ ਪੰਜਾਬ ਨੇ ਬੜਾ ਕੁਛ ਦਿੱਤਾ ਸੱਚਮੁੱਚ ਬਹੁਤ ਕੁਛ ਦਿੱਤਾ ਬੜਾ ਪੈਸਾ ਦਿੱਤਾ ਨਾਮ ਦਿੱਤਾ ਸਭ ਕੁਛ ਦਿੱਤਾ ਲੇਕਿਨ ਸਿੱਖ ਚਿਹਰਾ ਨਹੀਂ ਉਹ ਲੈਂਦੇ ਇਸ ਵਾਰ ਵੀ ਨਹੀਂ ਲਿਆ ਹੁਣ ਤੁਸੀਂ ਇਹ ਦੇਖੋ ਇਹ ਰੌਲਾ ਪੈਣਾ ਸੀ ਪੈ ਰਿਹਾ ਹਮੇਸ਼ਾ ਪੈ ਰਿਹਾ ਵੀ ਇਹ ਕਿਉਂ ਕੀ ਕਾਰਨ ਕੀ ਹੈ ਸਿੱਖਾਂ ਤੋਂ ਇਸ ਤਰ੍ਹਾਂ ਦਾ ਨਫ਼ਰਤ ਕੀ ਹੈ ਹੁਣ ਤੁਸੀਂ ਦੇਖੋ ਤਿੰਨ ਵਾਰ ਤਾਂ ਇਹਦਾ ਕੋਈ ਪਹਿਲਾਂ ਦੀ ਸਰਕਾਰਾਂ ਦੇਖੋ ਮੇਰੇ ਕਾਂਗਰਸ ਦੀ ਸਰਕਾਰ ਯਾਦ ਹੈ ਸ਼ੀਲਾ ਦੀਕਸ਼ਿਤ ਦਾ ਟਾਈਮ ਉਦੋਂ ਪਹਿਲਾਂ ਦਾ ਹੈ ਮੈਂ ਮਹਿੰਦਰ ਸਿੰਘ ਸਾਥੀ ਹੋਰਾਂ ਨੂੰ ਮਿਲਿਆ ਹੋਇਆ ਮਹਿੰਦਰ ਸਿੰਘ ਸਾਥੀ ਹੁੰਦੇ ਸੀ ਕਾਂਗਰਸੀ ਸ਼ਾਇਦ ਤਿਲਕ ਨਗਰ ਤੋਂ ਸੀ ਤੇ ਫਿਰ ਰਵਿੰਦਰ ਸਿੰਘ ਲਵਲੀ ਇਹ ਵੀ ਰਿਹਾ ਹੁਣ ਛੱਡੀ ਗਿਆ ਕਾਂਗਰਸ ਤੇ ਉਹ ਵੀ ਜਿਹੜਾ ਮੰਤਰੀ ਰਿਹਾ ਕਾਂਗਰਸ ਵੇਲੇ ਸ਼ੀਲਾ ਦੀਕਸ਼ਿਤ ਵੇਲੇ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹਰਚਰਨ ਸਿੰਘ ਬੱਲੀ ਮੰਤਰੀ ਸੀ ਉਹਨਾਂ ਨੇ ਇਗਨੋਰ ਨਹੀਂ ਕੀਤੀ ਸਿੱਖ ਕਮਿਊਨਿਟੀ ਨੂੰ ਦਿੱਲੀ ਚ ਇਗਨੋਰ ਕਰਨਾ ਔਖਾ ਹੈ ਪਰ ਕਰਤਾ ਹੁਣ ਇਹ ਕੀ ਕਰਦੇ ਨੇ ਇਹ ਤਾਂ ਤੁਹਾਨੂੰ ਮੈਂ ਦੱਸਿਆ ਜਰਨੈਲ ਸਿੰਘ ਰੋਇਆ ਸੀ ਮੇਰੇ ਕੋਲ ਕਿ ਮੈਨੂੰ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੜਾਇਆ ਮੈਂ ਆਪਣੀ MLA ਛੱਡੀ ਲੇਕਿਨ ਦਿੱਤਾ ਕੁਛ ਨਹੀਂ ਕੀ ਦਿੰਦੇ ਨੇ ਵੱਧ ਤੋਂ ਵੱਧ ਇਹਨਾਂ ਕੋਲ ਉਹ ਉਹਦਾ ਕੋਈ ਮਜਬੂਰੀ ਹੈ ਪੰਜਾਬੀ ਅਕਾਦਮੀ ਦੀ ਉਪ ਚੇਅਰਮੈਨ ਨੇ ਬਸ ਦੈਟਸ ਆਲ ਤੋ ਇਹ ਇੱਕ ਸਵਾਲ ਉੱਠਿਆ ਕਿ ਪਹਿਲਾਂ ਲੋਕਾਂ ਨੂੰ ਆਸ ਸੀ ਕਿ ਨਵੀਂ ਜਿਹੜੀ ਬਣ ਰਹੀ ਹੈ ਇਹਦੇ ਵਿੱਚ ਸ਼ਾਇਦ 5 ਮਹੀਨੇ ਲਈ ਹੈ ਸ਼ਾਇਦ ਕੋਈ ਇਹ ਸਿੱਖ ਚਿਹਰਾ ਲੈ ਲੇ ਜਰਨੈਲ ਸਿੰਘ ਵਰਗਾ ਪਰ ਨਹੀਂ ਲਿਆ ਪੰਜਾਬ ਵੀ ਜਰਨੈਲ ਸਿੰਘ ਦਿਖਾਉਣ ਲਈ ਉਹਨੂੰ ਬਣਾਇਆ ਸੀ ਪੰਜਾਬ ਦਾ ਅਬਜ਼ਰਵਰ ਅਦਰਵਾਈਜ਼ ਕੋਈ ਵਿਸ਼ਵਾਸ ਵਾਲੀ ਗੱਲ ਲੱਗਦਾ ਨਹੀਂ ਖੈਰ ਕਨੇਡਾ ਦੇਖੋ ਪੰਜਾਬੀ ਜਿਹੜੇ ਲੋਕ ਨੇ ਉਹਨਾਂ ਦੇ ਪਹਿਲੀ ਡੈਸਟੀਨੇਸ਼ਨ ਹੈ ਨਾ ਜੇ ਕਦੇ ਵਿਦੇਸ਼ ਜਾਣਾ ਤਾਂ ਸ਼ੌਕ ਹੈ ਤਾਂ ਕਨੇਡਾ ਕਨੇਡਾ ਦੇ ਬਹੁਤ ਸ਼ਹਿਰਾਂ ਚ ਪੰਜਾਬ ਵੱਸ ਗਿਆ ਸਰੀ ਬਰੈਂਪਟਨ ਕੈਲਗਰੀ ਐਡਮਿੰਟਨ ਲਗਭਗ ਉੱਥੇ ਇੰਨੀ ਕੁ ਆਬਾਦੀ ਹੋ ਗਈ ਉਹਨਾਂ ਨੇ ਅੱਗੇ ਜਿਹੜਾ ਹੈ ਭਾਈਚਾਰਾ ਵਸਾ ਲਿਆ ਪੰਜਾਬ ਵਸਾ ਲਿਆ ਲੇਕਿਨ ਹੁਣ ਕੀ ਹੈ ਕਿ ਉੱਥੇ ਜਿਸ ਤਰ੍ਹਾਂ ਜਸਟਿਨ ਟਰੂਡੋ ਪ੍ਰਧਾਨ ਮੰਤਰੀ ਦੀ ਸਰਕਾਰ ਦੀ ਆਲੋਚਨਾ ਹੋਈ ਨੌਕਰੀਆਂ ਨਹੀਂ ਮਿਲ ਰਹੀਆਂ ਰਹਿਣ ਦੀ ਸਮੱਸਿਆ ਵਕਾਲਾਂ ਦੀ ਸਮੱਸਿਆ ਤਾਂ ਉਹ ਲਗਾਤਾਰ ਹੁਣ ਜਿਹੜੇ ਸਟੂਡੈਂਟ ਵੀਜ਼ੇ ਤੇ ਲੋਕ ਜਾਂਦੇ ਨੇ ਖਾਸ ਤੌਰ ਤੇ ਜਿਹੜੇ ਧਾਂਦਲੀ ਕਰਕੇ ਜਾਂਦੇ ਨੇ ਨਕਲੀ ਕਾਗਜ਼ ਨਕਲੀ ਬੈਂਕ ਜਿਹੜੀਆਂ ਅਕਾਊਂਟਸ ਵਗੈਰਾ ਉਹ ਸਾਰਾ ਹੁਣ ਤਾਂ ਇੱਥੋਂ ਤੱਕ ਵੀ ਪਤਾ ਲੱਗਿਆ ਕਿ ਜਿਹੜੇ ਇੰਗਲਿਸ਼ ਸਪੀਕਿੰਗ ਦਾ ਜਿਹੜੇ ਬੈਂਡ ਲੈਂਦੇ ਨੇ ਉਹ ਵੀ ਸਹੀ ਨਹੀਂ ਹੁੰਦੇ ਕਈ ਥਾਵਾਂ ਤੇ ਇਸ ਤਰ੍ਹਾਂ ਦਾ ਵੀ ਆਏ ਇਸੇ ਕਰਕੇ ਉਹ ਸ਼ਰਤ ਤੇ ਵੀ ਲਾਗੇ ਜਾ ਕੇ ਦੱਸਦਾ ਉਹਨਾਂ ਨੇ ਇੱਕ ਸ਼ਰਤ ਲਾ ਦਿੱਤੀ ਹੁਣ ਕੀ ਹੈ ਕਿ ਇਹਨਾਂ ਨੇ ਕੱਲ ਇਹਨਾਂ ਦੇ ਦੋ ਮੰਤਰੀ
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਤੇ ਰੁਜ਼ਗਾਰ ਮੰਤਰੀ ਜਿਹੜਾ ਕੈਂਡੀ ਬੋਇਸੋਨ ਨਾਲ, ਇਹ ਦੋਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਇਹਨਾਂ ਨੇ ਦੱਸਿਆ, ਕਹਿੰਦੇ ਜੀ ਅਸੀਂ ਹੁਣ ਜਿਹੜਾ ਜੋ ਸਿਸਟਮ ਸਾਡਾ ਬੇਕਾਬੂ ਹੋ ਗਿਆ ਸੀ ਵਰਕ ਪਰਮਿਟ ਦਾ, ਵਿਜ਼ਟਰ ਵੀਜ਼ੇ ਦਾ, ਉਹਨੂੰ ਹੁਣ ਕੰਟਰੋਲ ਕਰਨ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ। ਇਹ ਫਿਰ ਇਹਨਾਂ ਨੇ ਡਾਟਾ ਵੀ ਦਿੱਤਾ ਕਿ 2024 ਦੇ ਵਿੱਚ ਅਸੀਂ ਲੈ ਕੇ ਆਉਣੇ ਸੀ ਜਿਹੜੇ ਸਟੂਡੈਂਟ ਵੀਜ਼ੇ ਦੇਣੇ ਸੀ 4,85,000, ਹੁਣ ਉਹਨਾਂ ਨੂੰ ਘਟਾ ਤਾ, ਅਸੀਂ ਕਰਤੇ 4,37,000। ਇਸੇ ਤਰ੍ਹਾਂ 25 ਚ 4,37,000 ਆਉਣਗੇ, ਜੇ ਦੋਨਾਂ ਨੂੰ ਮਿਲਾ ਲਈਏ ਕਿ ਤਕਰੀਬਨ 3,00,000 ਸਟੂਡੈਂਟ ਘੱਟ ਜਾਣਗੇ ਉੱਥੇ। 35% ਦੀ ਕਟੌਤੀ ਉਹਨਾਂ ਨੇ ਕਰ ਦਿੱਤੀ। ਹਾਂ, ਇੱਕ ਗੱਲ ਉਹ ਕਹਿੰਦੇ ਨੇ ਪੱਕੇ ਵੀਜ਼ੇ ਤੇ ਕੋਈ ਸਾਡੀ ਜਿਹੜੇ ਹੈਗੇ, ਜੇ ਤੁਸੀਂ ਕੋਈ ਸਕਿੱਲਡ ਬੰਦੇ ਹੋ, ਕੋਈ ਵਰਕਰ ਜਿਹੜਾ ਸਕਿੱਲਡ ਹੈ ਕਿਸੇ ਕੰਮ ਚ ਮਾਹਰ ਹੈ ਤੇ ਪੱਕੇ ਤੌਰ ਤੇ ਜਾਣਾ ਚਾਹੁੰਦਾ, ਉਹਨੂੰ ਤੇ ਕੋਈ ਰੋਕ ਨਹੀਂ ਹੈ। ਜਿਹੜੀ ਉਹ ਕੰਮ ਕਰਾਉਣਾ ਚਾਹੁੰਦੇ ਨੇ ਸਟੂਡੈਂਟਸ ਨੂੰ, ਹੁਣ ਉਹ ਚਾਹੁੰਦੇ ਕਿ ਆ ਕੇ ਸਾਡੇ ਤੇ ਬੋਝ ਬਣ। ਤੇ ਇੱਕ ਜਿਹੜੀ ਸ਼ਰਤ ਦੀ ਮੈਂ ਕਹਿੰਦਾ, ਉਹ ਇਹ ਲਾਤੀ ਸ਼ਰਤ ਕਿ ਜਦੋਂ ਹੁਣ ਵਰਕ ਪਰਮਿਟ ਦੇਣਾ ਇਹਨਾਂ ਨੇ, ਤਾਂ ਇੱਕ ਵਾਰ ਫਿਰ ਉਹਨਾਂ ਦੀ ਲੈਂਗੁਏਜ ਦਾ ਟੈਸਟ ਹੋਊਗਾ, ਭਾਸ਼ਾ ਦਾ ਟੈਸਟ, ਅੰਗਰੇਜ਼ੀ ਦਾ ਟੈਸਟ, ਕਿ ਇਹਨਾਂ ਨੂੰ ਅੰਗਰੇਜ਼ੀ ਆਉਂਦੀ ਵੀ ਹੈ ਤਾਂ ਵਰਕ ਪਰਮਿਟ ਦੇਵਾਂਗੇ। ਯਾਨੀ ਪਹਿਲਾਂ ਤਾਂ ਇੱਕ ਵਾਰੀ ਤੁਸੀਂ ਟੈਸਟ ਪਾਸ ਕਰਕੇ ਆ ਜਾਂਦੇ ਸੀ ਤੇ ਉਹ ਤੁਹਾਨੂੰ ਮੰਨ ਲਿਆ ਜਾਂਦਾ ਸੀ। ਇਸ ਤਰ੍ਹਾਂ ਦਾ ਯਾਨੀ ਜਿੰਨੀਆਂ ਧਾਂਦਲੀਆਂ ਕਰਕੇ ਬਹੁਤ ਸਾਰੇ ਦੁਕਾਨਾਂ ਜਾਂ ਖੁੱਲੀਆਂ ਸੀ, ਉਹ ਯੂਨੀਵਰਸਿਟੀਆਂ ਦੇ ਨਾਂ ਤੇ ਦੇ ਦਿੰਦੇ ਸੀ ਸਾਡੇ, ਉਹਨਾਂ ਦੀਆਂ ਦੁਕਾਨਾਂ ਨੂੰ ਬਹੁਤ ਖਤਰਾ ਹੋ ਗਿਆ, ਉਹ ਚਿੰਤਤ ਹੋ ਗਏ। ਕਰਤਾ ਇਹ ਹੈ, ਹਾਂ ਸਰਕਾਰ ਇਹ ਕਹਿੰਦੀ ਹੈ, ਪਰ ਮੰਤਰੀਆਂ ਨੇ ਕਿਹਾ ਵੀ ਜਿਹੜੇ ਸਟੂਡੈਂਟਸ ਜਾਂਦੇ ਨੇ ਉਹਨਾਂ ਕਰਕੇ ਸਾਡੇ ਕੈਨੇਡੀਅਨ ਜਿਹੜੇ ਹੈ ਉਹਨਾਂ ਨੂੰ ਰੁਜ਼ਗਾਰ ਮਿਲਣਾ ਮੁਸ਼ਕਿਲ ਹੋ ਗਿਆ ਸੀ। ਖੈਰ ਇਹਦਾ ਨੁਕਸਾਨ ਜਿਹਦਾ ਹੁੰਦਾ, ਕਿਸੇ ਨੂੰ ਫਾਇਦਾ ਨਹੀਂ ਹੁੰਦਾ। ਇਹਦਾ ਫਾਇਦਾ ਪੰਜਾਬ ਦੇ ਕਾਲਜਾਂ ਨੂੰ ਹੋ ਰਿਹਾ, ਡਿਗਰੀ ਕਾਲਜਾਂ ਨੂੰ ਹੋ ਰਿਹਾ। ਰੌਣਕਾਂ ਵੱਧ ਰਹੀਆਂ ਨੇ ਪੰਜਾਬ ਦੇ ਵਿੱਚ, ਕਾਲਜ ਖਾਲੀ ਹੋ ਗਏ ਸੀ, ਯੂਨੀਵਰਸਿਟੀਆਂ ਖਾਲੀ ਹੋਣ ਵਰਗੀਆਂ ਹੋ ਗਈਆਂ ਸੀ, ਕਿਉਂਕਿ ਪਲੱਸ ਟੂ ਤੋਂ ਬਾਅਦ ਜਾਣਾ ਚਾਹੁੰਦੇ ਸੀ ਲੋਕ ਕੈਨੇਡਾ, ਹੁਣ ਪਲੱਸ ਟੂ ਤੋਂ ਬਾਅਦ ਜ਼ਿਆਦਾ ਰੋਕ ਲੱਗੀ ਹੈ। ਇਸ ਕਿਸਮ ਦੀ ਕਹਾਣੀ ਹੋਈ ਹੈ। ਵੈਸੇ ਕੈਨੇਡਾ ਦੀ ਹੋਰ ਖਬਰ ਜੇ ਲਈਏ ਤਾਂ ਆਹ ਜਿਹੜਾ ਹਫ਼ਤਾ ਨਾ, ਇਹ ਕਾਫੀ ਜਿਹੜੀ ਜਸਟਿਨ ਟਰੂਡੋ ਜਿਹਦੇ ਨਾਲ ਜਿਹੜਾ ਹਰਦੀਪ ਨਿੱਜਰ ਤੋਂ ਬਾਅਦ ਜੋ ਸਟੇਟਮੈਂਟ ਦਿੱਤੀ ਸੀ ਜਸਟਿਨ ਟਰੂਡੋ ਨੇ, ਉਸ ਤੋਂ ਬਾਅਦ ਭਾਰਤ ਨਾਲ ਤਾਂ ਸੰਬੰਧ ਠੀਕ ਨਹੀਂ ਹੈ, ਲੇਕਿਨ ਜਿਹਦੇ ਸਿਰ ਤੇ ਚੱਲਦੇ ਸੀ ਸੰਬੰਧ ਉਹਦੇ ਨਾਲ ਵੀ ਵਿਗੜ ਗਏ। ਐਨਡੀਪੀ ਦੇ ਲੀਡਰ ਜਿਹੜੇ ਸੀ, ਨੈਸ਼ਨਲ ਡੈਮੋਕਰੇਟਿਕ ਪਾਰਟੀ ਦੇ ਜਗਮੀਤ ਸਿੰਘ, ਉਹਨਾਂ ਨੇ ਸਰਕਾਰ ਤੋਂ ਆਪਣੀ ਹਮਾਇਤ ਵਾਪਸ ਲੈ ਲਈ ਤੇ ਹੁਣ ਬੇਭਰੋਸਗੀ ਦਾ, ਨੋਨ ਕੌਨਫੀਡੈਂਸ ਦਾ ਮਤਾ ਆਉਣਾ ਹੈ 24 ਸਤੰਬਰ ਨੂੰ। ਹੁਣ ਜਿਹੜਾ ਗੱਲ ਉਹ ਦੇਖੋ, ਜਿਹੜਾ ਕੰਜ਼ਰਵੇਟਿਵ ਹੈ, ਵਿਰੋਧੀ ਧਿਰ ਦਾ ਨੇਤਾ ਹੈ ਪੀਅਰ ਓਲੀਵਰ, ਤਾਂ ਪੂਰੀ ਤਿਆਰੀ ਚ ਵੀ ਦੇਖਦਾਂਗੇ ਸਰਕਾਰ, ਕਿਉਂਕਿ ਲਿਬਰਲ ਪਾਰਟੀ ਜਸਟਿਨ ਟਰੂਡੋ ਦੀ ਪਾਰਟੀ ਕੋਲ 153 ਮੈਂਬਰ ਨੇ, 16 ਘੱਟ ਲਏ, ਜਗਮੀਤ ਵਾਪਸ ਲੈ ਗਿਆ, ਪਰ ਉਹਨਾਂ ਨੂੰ ਇੱਕ ਆਸ ਹੈਗੀ ਹੈ ਹਲੇ, ਉਹ ਹੈਗੀ ਬਲਾਕ ਕਿਊਬਕਵਾ। ਇਹ ਜਿਹੜੀ ਬਲਾਕ ਕਿਊਬਕਵਾ ਪਾਰਟੀ ਹੈ, ਇਹ ਇਸ ਕਰਕੇ ਸ਼ਾਇਦ ਮਦਦ ਕਰੇ ਕਿ ਹੁਣ ਜੇ ਚੋਣ ਹੁੰਦੀ ਹੈ, ਮੱਧਕਾਲੀ ਚੋਣ ਜਿਹਨੂੰ ਕਹਿੰਦੇ ਆ, ਤਾਂ ਕਿਉਂਕਿ ਲਹਿਰ ਚੱਲ ਰਹੀ ਹੈ ਕੰਜ਼ਰਵੇਟਿਵ ਦੀ,
ਤੇ ਫਿਰ ਕੰਜ਼ਰਵੇਟਿਵ ਦੀ ਜਿੱਤ ਯਕੀਨੀ ਹੈ, ਤਾਂ ਉਹ ਸ਼ਾਇਦ ਮੱਧਕਾਲੀ ਚੋਣਾਂ ਤੋਂ ਬਚਣ ਲਈ ਇਹਦੀ ਮਦਦ ਕਰ ਦੇਣ, 33 ਮੈਂਬਰ ਨੇ ਉਹਨਾਂ ਕੋਲ, ਤਾਂ ਸਰਕਾਰ ਬਚ ਵੀ ਸਕਦੀ ਹੈ। ਪਰ ਜੋ ਵੀ ਹੈ ਇਹਦਾ ਫੈਸਲਾ ਇਹਨਾਂ ਦਿਨਾਂ ਚ ਹੋਣਾ ਹੈ। ਹੁਣ ਆਪਾਂ ਗੱਲ ਕਰੀਏ ਅਗਲੀ ਖਬਰ ਪੰਜਾਬ। ਦੇਖੋ ਟਿੱਪਣੀਆਂ ਸੁਪਰੀਮ ਕੋਰਟ ਹੋਣ ਜਾਂ ਹਾਈ ਕੋਰਟ ਹੋਣ, ਉਹਨਾਂ ਦੇ ਜੱਜ ਸਾਹਿਬਾਨ ਕਰਦੇ ਨੇ ਠੀਕ, ਪਰ ਕੰਮ ਅਮਲੀ ਰੂਪ ਚ ਉਹ ਵੇਚ ਲਈ ਜਾਂਦਾ। ਹੁਣ ਪੰਜਾਬ ਦੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਇੱਕ ਕੇਸ ਗਿਆ ਸੀ, ਕੇਸ ਸੀ ਪਟਿਆਲੇ ਦਾ ਇੱਕ ਬੰਦਾ, ਐਵੀਂ ਕਿਸੇ ਪਾਰਟੀ ਦਾ ਲੀਗਲ ਸੈੱਲ ਦਾ ਹੋ, ਪ੍ਰਧਾਨ ਪ੍ਰਧਾਨ ਹੈ, ਵਕੀਲ ਹੈ, ਲੀਗਲ ਸਾਧਨ, ਉਹ ਕਹਿੰਦਾ ਜੀ ਮੇਰੀ ਸਿਕਿਉਰਿਟੀ ਵਧਾਓ, ਮੈਨੂੰ ਸਿਕਿਉਰਿਟੀ ਦਿਓ। ਇਹ ਪਟੀਸ਼ਨ ਪਾਈ ਸੀ ਉਹਨੇ, ਇਹ ਜਿਹੜੀ ਉਹਦੀ ਤਾਂ ਸਿਕਿਉਰਿਟੀ ਕੀ ਵਧਾਉਣੀ ਸੀ, ਲੇਕਿਨ ਉੱਥੇ ਜੋ ਕੋਰਟ ਨੇ ਕਿਹਾ ਉਹ ਬੜਾ ਅਹਿਮ ਹੈ, ਸੁਣਨਾ ਚਾਹੀਦਾ ਸਰਕਾਰਾਂ ਨੂੰ। ਉਹ ਕਹਿੰਦੇ ਜਿਹੜਾ ਸਿਕਿਉਰਿਟੀ ਹੈ ਨਾ, ਇਹ ਸਟੇਟਸ ਸਿੰਬਲ ਲਿਖਿਆ, ਇਹ ਤੋਂ ਗਰੇਜ਼ ਕਰਨਾ ਚਾਹੀਦਾ। ਜਿਹੜੇ ਬੰਦੇ ਨੂੰ ਸਹੀ ਖਤਰਾ ਹੈ, ਜਾਇਜ਼ ਖਤਰਾ ਹੈ, ਉਹਨੂੰ ਹੀ ਜਿਹੜਾ ਹੈ ਸਿਕਿਉਰਿਟੀ ਮਿਲਣੀ ਚਾਹੀਦੀ ਹੈ। ਸਿਰਫ ਇਹ ਵਿਖਾਵਾ ਕਰਨਾ ਕਿ ਮੈਂ VIP ਹਾਂ, ਲੋਕਾਂ ਚ ਰੋਹ ਪਾਉਂਦੀ, ਕਈ ਥਾਵਾਂ ਤਾਂ ਨਜਾਇਜ਼ ਕੰਮ ਕਰਦੇ ਵੀ ਰਹਿੰਦੇ ਨੇ, ਇਹ ਦਿਖਾਉਣ ਲਈ ਤੁਹਾਨੂੰ ਸਿਕਿਉਰਿਟੀ ਕਿਉਂ ਦੇਈਏ। ਤੇ ਉਹ ਕਹਿੰਦੇ ਜੇ ਕੋਈ ਚਾਹੁੰਦਾ, ਨਿੱਜੀ ਜਿਹੜਾ ਵਿਅਕਤੀ ਚਾਹੁੰਦਾ ਕਿ ਮੈਨੂੰ ਦਿਓ, ਨਿੱਜੀ ਦਾ ਮਤਲਬ ਜਿਹੜਾ, ਚਲੋ ਹੁਣ ਇੱਕ ਜੱਜ ਹੈ, ਇੱਕ ਪੁਲਿਸ ਅਫਸਰ ਹੈ, ਚਲੋ ਇੱਕ ਮਾਲੇ ਨੇ, ਕੋਈ ਮੰਤਰੀ ਵੀ ਹੈ, ਲੇਕਿਨ ਜਿਹੜੇ ਬੰਦੇ ਨਾਲ ਉਹੀ ਲਈ ਫਿਰਦੇ ਨੇ, ਉਹ ਕਹਿੰਦੇ ਹੁਣ ਸਾਡੇ ਟੈਕਸ ਪੇਅਰ ਦਾ ਪੈਸਾ ਉਹਨਾਂ ਚ ਕਿਉਂ ਖਰਚਾ ਜਾਵੇ, ਤਾਂ ਬਹੁਤ ਸਹੀ ਹੈ। ਤੋ ਇਹ ਕਹਿੰਦੇ ਸਾਰਾ ਪੰਜਾਬ ਗੈਂਗਸਟਰ ਨਸ਼ੇ, ਪੁਲਿਸ ਨੂੰ ਤੁਸੀਂ ਲਾਇਆ ਇਹਨਾਂ ਤੇ, ਸਿਕਿਉਰਿਟੀ ਤੇ, ਲਾਅ ਐਂਡ ਆਰਡਰ ਦੀ ਪ੍ਰੋਬਲਮ ਜਿਹੜੀ ਖਰਾਬ ਹੋਈ ਪਈ ਹੈ। ਭਾਈ ਸੁਣ ਲਓ, ਹਾਈਕੋਰਟ ਦੀ ਸੁਣ ਲਓ, ਸਾਡੀ ਨਹੀਂ ਸੁਣਦੇ, ਸਹੀ ਬੰਦਿਆਂ ਤੇ ਲਾਓ ਇਹੋ ਜਿਹਾ ਕੁਛ ਜੇ ਲਾਉਣਾ। ਤੇ ਵੈਸੇ ਹੁਣ ਪੁਲਿਸ ਦੀ ਗੱਲ ਚੱਲੀ ਹੈ, ਪੁਲਿਸ ਵਾਲੇ ਕੀ ਕਰਦੇ ਨੇ ਵੀ ਹੈਰਾਨੀ ਹੁੰਦੀ ਹੈ, ਬਸ ਜਾਓਗੇ ਕਿੱਥੇ ਤੁਸੀਂ, ਜਦੋਂ ਬਾੜੀ ਖੇਤ ਨੂੰ ਖਾਣ ਲੱਗੇ ਜਾਂ ਕੁੱਤੀ ਹੀ ਚੋਰਾਂ ਨਾਲ ਰਲ ਜੇ। ਆ ਖਬਰ ਹੋਈ ਜੀ ਹੈ ਕੁੱਤੀ ਚੋਰਾਂ ਨਾਲ ਰਲ ਵਾਲੀ, ਇੱਕ DSP ਵਰਿੰਦਰ ਮਹਾਜਨ ਫੜਿਆ, ਲਖਨਊ ਤੋਂ ਫੜਿਆ, ਕਿ ਦੇਖੋ STF ਦਾ ਉਹ ਸਪੈਸ਼ਲ ਟਾਸਕ ਫੋਰਸ ਦਾ DSP ਸੀ, ਫੜਿਆ ਕਿਉਂ ਹੈ ਕਰਪਸ਼ਨ ਦੇ ਕੇਸ ਚ, ਫੜਿਆ ਕਿਉਂ ਹੈ NDPS ਦੇ ਐਕਟ ਦੇ ਕੇਸ ਦੇ ਤਹਿਤ, ਜਿਹੜੀ ਜਿਹੜੇ ਬੰਦੇ ਨੇ ਜਿਹੜੇ ਦੂਜਿਆਂ ਨੂੰ ਫੜਨਾ ਸੀ ਆਪ ਫੜਿਆ ਗਿਆ, ਹੋਇਆ ਅਸਲ ਕੀ। ਇੱਕ ਮੈਸਜ ਸਮਾਈਲੈਕਸ ਫਾਰਮਾ ਕੈਬ ਡਰੱਗ ਇੰਡਸਟਰੀ ਹੈ ਬਦੀ, ਉਹਦੇ ਰੇਡ ਹੋਈ, ਉਹਦੀ ਇੰਸਪੈਕਸ਼ਨ ਹੋਈ, ਉਹ ਜਿਹੜੀ ਜਦੋਂ ਨਿਰੀਖਣ ਹੋਇਆ ਕਾਫੀ ਕੁਛ ਉਹਦੇ ਚ ਕਮੀਆਂ ਪਾਈਆਂ ਗਈਆਂ। ਇਹ ਵਰਿੰਦਰ ਮਹਾਜਨ DSP ਸਾਹਿਬ ਕਹਿੰਦੇ ਮੈਂ ਕਰਾਉਣਾ ਠੀਕ ਹੈ, ਮੇਰੇ ਨਾਲ ਕਰੋ ਸੌਦਾ, 45 ਲੱਖ ਲੈ ਲਿਆ ਇਹਨਾਂ ਨੇ। ਤਾਂ ਹੁਣ 45 ਲੱਖ ਲੈ ਕੇ ਉਹਨਾਂ ਨੂੰ ਬਚਾਉਣ ਦੀ ਕੀਤੀ ਕੋਸ਼ਿਸ਼ ਇਹਨੇ, ਤੇ ਬਸ ਉਹ ਹੁਣ ਤਾਂ ਖੈਰ ਉਹਨੂੰ ਹਟਾ ਕੇ ਆਰਮੀ ਚ ਲਾਇਆ ਸੀ ਜਦੋਂ ਫੜਿਆ ਨਾ, ਇਹ ਰਿਜ਼ਰਵ ਫੋਰਸ ਦੇ ਵਿੱਚ ਸੀ। ਤੇ ਕੱਲ ਜਦੋਂ ਇਹਦਾ ਮਜੀਠਾ ਰੋਡ ਚਾਹੀਦਾ ਘਰ ਅੰਮ੍ਰਿਤਸਰ, ਉੱਥੇ ਜਦੋਂ ਰੇਡ ਮਾਰੀ ਭੱਜ ਗਿਆ ਸੀ, ਫੜਿਆ ਫਿਰ ਕਿੱਥੋਂ ਗਿਆ, ਜਿੱਥੋਂ ਦੀ ਕੰਪਨੀ ਦੇ ਮਾਲਕ ਸੀ ਲਖਨਊ, ਭਾਈ ਤੁਹਾਨੂੰ ਬਚਾਉਣ ਲਈ ਮੇਰੇ ਨਾਲ ਹੋਇਆ ਲਖਨਊ ਪਹੁੰਚ ਗਿਆ ਸੀ,
ਉੱਥੇ ਫੜਿਆ ਗਿਆ, ਨਾਲ ਇਹਦਾ ਇੱਕ ਸਾਥੀ ਸੀ ਅਖਲਜੈ ਸਿੰਘ, ਦੋਨੇ ਫੜੇ ਗਏ ਨੇ। ਗੱਲ ਤਾਂ ਕੀਤੀ ਦੇ ਚੋਰਾਂ ਨਾਲ ਰਲਦੀ ਹੈ। ਤੁਸੀਂ ਹੁਣ ਦੱਸੋ ਕਿੰਨੀਆਂ ਕੁ ਸਟੀਫ ਬਣਾ ਲਓਗੇ ਜੇ ਆਪ ਹੀ ਉਹਨਾਂ ਨੇ ਸਾਰਾ ਕੁਛ ਕਰਨਾ। ਇਸ ਕਰਕੇ ਜਿਹੜੇ ਨਸ਼ੇ ਨੇ ਉਹਨਾਂ ਨੂੰ ਰੋਕਣਾ ਔਖਾ ਹੋਇਆ ਪਿਆ। ਇਹੀ ਤਾਂ ਇੱਕ ਪ੍ਰੋਬਲਮ ਹੈ ਇੱਥੇ। ਇਹ ਤਾਂ ਬਿਜ਼ਨਸ ਨਾਲ ਬਿਜ਼ਨਸ ਨਾਲ ਬਦਲ ਸਾਰੇ ਕੁਛ ਹੀ ਹੋਇਆ ਪਿਆ। ਕਰਪਸ਼ਨ ਤਾਂ ਸਾਡੇ ਖੂਨ ਚ ਆ ਗਈ, ਜੜਾਂ ਚ ਆ ਗਈ ਸਾਡੇ। ਖੈਰ ਆਹ ਦੇਖ ਲਓ, ਹੁਣ ਇੱਕ ਅਸੀਂ ਕਹਿੰਦੇ ਕਿ IAS ਜਿਹੜਾ ਹੁੰਦਾ ਹੈ ਉਹ ਬੜੀ ਮਿਹਨਤ ਕਰਕੇ ਬਣਦਾ, ਬੜਾ ਇਮਾਨਦਾਰ ਹੁੰਦਾ। ਇਮਾਨਦਾਰ ਦੀ ਸੁਣੋ ਹੁਣ ਅਗਲੀ ਖ਼ਬਰ। ਚੰਡੀਗੜ੍ਹ ਦੇ ਵਿੱਚ ਇੱਕ ਕੋਠੀ ਰੇਡ ਹੋਈ ਹੈ ਕੱਲ ਸਾਬਕਾ IAS ਮਹਿੰਦਰ ਸਿੰਘ ਦੀ, UP ਕੇਡਰ ਦਾ ਸੀ ਇਹ। ਹੁਣ ਕੋਠੀ ਦੇ ਵਿੱਚੋਂ ਹੀਰੇ ਫੜੇ ਗਏ 7 ਕਰੋੜ ਦੇ, ਥੋੜੇ ਬਹੁਤੇ ਨੀ, 7 ਕਰੋੜ ਦੇ ਹੀਰੇ। ਜਿਹੜਾ ਸੋਨਾ ਫੜਿਆ ਗਿਆ ਉਹਦੇ ਹੀਰੇ ਦੇ ਸਾਹਮਣੇ ਕੀ ਕੀਮਤ? ਗੋਲਡ ਫੜਿਆ ਗਿਆ, ਇਹ ਪੈਸਾ ਕਿੱਥੋਂ ਆਇਆ ਇਹਦੇ ਕੋਲ? ਇਹ ਵੀ ਸੁਣ ਲਓ, ਇਹ ਅਸਲ ਵਿੱਚ UP ਕੇਡਰ ਦਾ ਸੀ। ਉੱਥੇ ਲਖਨਊ ਦੇ ਵਿੱਚ, ਨੋਇਡਾ ਦੇ ਵਿੱਚ ਇੱਕ ਪ੍ਰੋਜੈਕਟ ਬਣਿਆ ਸੀ ਜਿਹੜੇ ਸਮਾਰਕ ਬਣਾਉਣ ਦਾ, ਬਹੁਤ ਵੱਡਾ ਪ੍ਰੋਜੈਕਟ ਸੀ, 14 ਅਰਬ ਰੁਪਏ ਦਾ ਉਹਦੇ 'ਚ ਹਿੱਸਾ। ਅਸਲ ਇਹ ਹਿੱਸਾ ਤਾਂ ਜਿਹੜਾ ਫੜਿਆ ਗਿਆ ਹੈ ਉਹ ਤਾਂ ਇੱਕ ਫਲੈਟ ਬਣਾਉਣ ਵਾਲੀ ਕੰਪਨੀ ਹੈ, ਪੋਸੀਟਾ ਪ੍ਰੋਜੈਕਟ ਪ੍ਰਾਈਵੇਟ ਲਿਮਿਟਡ। ਉਹਦਾ ਇੱਕ ਪ੍ਰੋਜੈਕਟ ਸੀ Lotus 300। ਉਸ ਪ੍ਰੋਜੈਕਟ ਦੇ ਵਿੱਚ ਉਸ ਵੇਲੇ ਇਹ CEO ਸੀ ਨੋਇਡਾ ਦਾ, ਜਿਵੇਂ ਸਾਡੇ ਪੂਡਾ ਹੁੰਦੀ ਹੈ ਪੰਜਾਬ ਡਿਵੈਲਪਮੈਂਟ ਜਾਂ PDA ਪੰਜਾਬ ਡਿਵੈਲਪਮੈਂਟ ਅਥਾਰਟੀ, ਇਸ ਤਰ੍ਹਾਂ ਉਹਨਾਂ ਦੀ ਜਿਹੜੀ ਨੋਇਡਾ ਡਿਵੈਲਪਮੈਂਟ ਅਥਾਰਟੀ ਸੀ ਉਹਦੇ ਵਿੱਚ ਚੀਫ ਐਗਜੀਕਿਊਟਿਵ ਅਫਸਰ ਸੀ ਇਹ। ਉਹਦੇ ਹੱਥ 'ਚ ਤਾਂ ਬਹੁਤ ਕੁਛ ਹੁੰਦਾ, ਉੱਥੋਂ ਫਿਰ ਪਹੁੰਚ ਗਿਆ ਜੋ ਹੁਣ ਇੱਥੇ। ਮੈਂ ਨਹੀਂ ਕਹਿ ਸਕਦਾ ਲਿਫਾਫਾ ਪਹੁੰਚਦਾ, ਇੱਥੇ ਤਾਂ ਬੈਗ ਪਹੁੰਚਦੇ ਨੇ, ਬੈਗ ਤਾਂ ਤੁਹਾਡੇ ਸਾਹਮਣੇ ਨੇ। ਜੱਜ ਦੇ ਕਿਤੇ ਗਲਤ ਪਹੁੰਚ ਗਿਆ, ਬੈਗ ਹੀ ਪਹੁੰਚਿਆ ਸੀ, ਉਹ ਵੀ ਬੈਗ ਚਾਉਂਦੇ ਨੇ ਇਹ। ਤੋ ਹੁਣ ਇਹ UP ਕੇਡਰ ਦਾ ਅਫਸਰ ਇਹ ਬਿਲਡਰ ਫਾਇਦੇ ਪਹੁੰਚਾਉਂਦਾ, ਇਹ ਵੀ DSP ਹੋਵੇ IAS ਹੋਵੇ, ਇਹ ਹੈ ਕਰਪਸ਼ਨ ਦਾ ਸਾਡੇ ਦੇਸ਼ ਚ ਹਾਲ। ਖੈਰ ਆਪਾਂ ਅੱਗੇ ਵਧੀਏ। ਮੈਂ ਤਾਂ ਜਦੋਂ ਕੋਈ ਪੰਚਾਇਤ ਸਰਪੰਚ ਬਣਦਾ, ਜੇ ਕੋਈ ਇਮਾਨਦਾਰ ਬਣੇ ਸੱਚਮੁੱਚ ਹੀ ਪਿੰਡ ਦੀ ਨਹਾਰ ਬਦਲ ਦਿੰਦਾ। ਲੇਕਿਨ ਆਹ ਕੁਛ ਜੇ ਕਿਤੇ ਉੱਥੇ ਚੱਲਦਾ ਜਿਹਦੀ ਮੈਂ ਖਬਰ ਸੁਣਾ ਕੇ ਹਟਾ, ਫਿਰ ਉੱਥੇ ਵੀ ਹਾਲ ਹੈ। ਹੁਣ ਪੰਜਾਬੀਆਂ ਕੋਲ ਇੱਕ ਮੌਕਾ ਫੇਰ ਹੈ ਕਿ ਭਾਈ ਚੁਣ ਲਓ, ਵਧੀਆ ਬੰਦੇ ਚੁਣ ਲਓ ਹੁਣ ਸਾਡੇ ਕੋਲ ਪੰਚਾਇਤ ਦਾ। ਪਰ ਜੇ ਦਲ ਗੁਰੂ ਟੀਕੇ ਚੁਣਨਾ ਹੈ ਜਾਂ ਧੜੇਵਾਦੀ ਜਿਹੜੀ ਬਹੁਤ ਹੈ ਉਹਦੇ 'ਚ ਚੁਣਨਾ, ਤੁਹਾਡੀ ਮਰਜ਼ੀ ਹੈ। ਹੁਣ ਪੰਚਾਇਤੀ ਚੋਣਾਂ ਦੇ ਨੋਟੀਫਿਕੇਸ਼ਨ ਹੋ ਗਈ ਹੈ, 20 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ। ਵੈਸੇ ਚੋਣਾਂ ਆਮ ਨਹੀਂ ਹੋਈਆਂ, ਹਾਈਕੋਰਟ ਦੀ ਝਾੜ ਚੰਬ ਤੋਂ ਬਾਅਦ ਹੀ ਕਰਾਉਣੀਆਂ ਪੈ ਰਹੀਆਂ ਨੇ ਸਰਕਾਰ ਨੂੰ। ਇੱਕ ਟਾਈਮ ਤਾਂ ਐਸਾ ਸੀ ਕਿ 1 ਅਗਸਤ 2023 ਚ ਭੰਗ ਕਰਤੀ 6 ਮਹੀਨੇ ਪਹਿਲਾਂ, ਫਿਰ ਯੂ ਟਰਨ ਸਰਕਾਰ ਤਾਂ ਹੀ ਤਾਂ ਕਹਿੰਦੇ ਨੇ ਆਪਦੇ ਫੈਸਲੇ ਵਾਪਸ ਲੈਣ ਚ, ਤੇ ਉਦੋਂ ਫਿਰ ਯੂ ਟਰਨ ਲੈ ਲਿਆ ਸੀ। ਹੁਣ 13,241 ਪੰਚਾਇਤਾਂ ਨੇ ਪੰਜਾਬ ਦੀਆਂ, ਉਹਨਾਂ ਦੀ ਮਿਆਦ ਨਿਕਲੇ ਨੂੰ 8 ਮਹੀਨੇ ਹੋ ਗਏ, ਫਿਰ ਝਾੜ ਚੰਬ ਹੋਈ। ਹੁਣ ਜਿਹੜੀ ਹੈ ਹੋਈ ਹੈ ਨੋਟੀਫਿਕੇਸ਼ਨ, ਜਿਹੜਾ ਅਡੀਸ਼ਨਲ ਸੈਕਟਰੀ ਹੈ ਪੰਚਾਇਤੀ ਰਾਜ ਦਾ, ਉਹਨੇ ਜਿਹੜਾ ਹੈ ਨੋਟੀਫਿਕੇਸ਼ਨ ਤੇ ਦਸਤਖਤ ਕੀਤੇ ਨੇ, ਤੇ ਇਹ ਹੁਣ 20 ਅਕਤੂਬਰ ਨੂੰ ਹੋਣਗੀਆਂ। ਪਰ ਹੁਣ ਤਾਂ ਸਾਡਾ ਕੰਮ ਹੀ ਇਹ ਹੈ, ਇੱਧਰੋਂ ਹਰਿਆਣੇ ਦੀਆਂ ਚੱਲ ਰਹੀਆਂ ਨੇ,
ਫਿਰ ਪੰਚਾਇਤ ਦੀਆਂ ਚੱਲਣੀਆਂ ਨੇ, ਫਿਰ ਜ਼ਿਮਨੀ ਚੋਣਾਂ ਆ ਜਾਣੀਆਂ ਨੇ, ਫਿਰ ਆ ਝੋਨਾ ਕਟਾਓ ਲਵਾਓ ਕਣਕ ਬੜਾ ਕੁਛ ਚੱਲਣਾ, ਬਹੁਤ ਬਿਜ਼ੀ ਹੋ ਗਿਆ ਪੰਜਾਬ। ਖੈਰ ਆਪਾਂ ਹੁਣ ਅਗਲੀ ਖਬਰ ਵੱਲ ਨੂੰ ਵਧੀਏ। ਅਗਲੀ ਖਬਰ ਜਿਹੜੀ ਹੈ ਉਹ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਜੀ ਇਹ ਪਾਰਟੀ ਬਣਾ ਸਕਦੇ ਨੇ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ, ਅਕਸਰ ਆਪਾਂ ਦੇਖਦੇ ਹਾਂ। ਹੁਣ ਗਿੱਦੜ ਪਾਸੇ ਵੀ ਖਬਰ ਆਈ ਸੀ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਬਾਪੂ ਤਰਸੇਮ ਸਿੰਘ ਤੇ ਖਾਲਸਾ ਜੀ ਨੇ ਕਿਹਾ ਕਿ ਦੀਪ ਸਿੱਧੂ ਦੇ ਭਰਾ ਨੂੰ ਖੜਾ ਕਰ ਰਹੇ ਹਾਂ ਅਸੀਂ। ਨਹੀਂ ਇਉਂ ਲੱਗਦਾ ਸੀ, SGPC ਦੀ ਚੋਣ ਵੀ ਆ ਰਹੀ ਹੈ, ਵੀ ਇਹ ਦੋਨੇ ਇਕੱਠੇ ਹੋ ਕੇ ਚੱਲਣਗੇ, ਦੋਨੇ ਜਿਵੇਂ ਜਿੱਤੇ ਨੇ ਇਹ ਇਕੱਠੇ ਹੋ ਕੇ ਚੱਲਣਗੇ, ਇਹ ਗੱਲ ਲੱਗਦੀ ਸੀ। ਪਰ ਹੁਣ ਰੌਲਾ ਇਹ ਹੈ ਕਿ ਸਰਬਜੀਤ ਸਿੰਘ ਖਾਲਸਾ ਦੀ ਤਾਂ ਆਈਡੀਆਲੋਜੀ ਬਿਲਕੁਲ ਵੱਖਰੀ ਹੈ। ਮੈਂ ਦੇਖ ਰਿਹਾ ਸੀ ਕੱਲ੍ਹ ਉਹਨਾਂ ਦੀ ਇੱਕ ਇੰਟਰਵਿਊ, ਉਹ ਕਹਿੰਦੇ ਕਿ ਜਿਹੜਾ ਇੰਡੀਆ ਹੈ ਨਾ ਇਹ USA ਦੇ ਤਰਜ਼ ਤੇ ਹੋ ਗਏ, ਯੂਨਾਈਟਿਡ ਸਟੇਟਸ ਆਫ ਅਮਰੀਕਾ ਬਿਲਕੁਲ ਉਵੇਂ ਯੂਨਾਈਟਿਡ ਸਟੇਟਸ ਆਫ ਇੰਡੀਆ ਹੋਣਾ ਚਾਹੀਦਾ, ਤੇ ਇਹ ਜਿਹੜਾ ਹੈ ਸਟੇਟਸ ਨੂੰ ਜ਼ਿਆਦਾ, ਜਿਹੜੇ ਸੂਬਿਆਂ ਨੂੰ ਜ਼ਿਆਦਾ ਅਧਿਕਾਰ ਹੋਣੇ ਚਾਹੀਦੇ ਨੇ। ਇਹਦਾ ਐਂ ਲੱਗਦਾ ਕਿਸੇ ਨੇ ਇਹਨਾਂ ਨੂੰ ਬਰੀਫ ਕਰਤਾ ਅਨੰਦਪੁਰ ਸਾਹਿਬ ਦਾ ਮਤਾ। ਅਨੰਦਪੁਰ ਸਾਹਿਬ ਦੇ ਮਤੇ ਚ ਇਹੀ ਸੀ ਵੀ ਚਾਰ ਪਾਵਰ ਛੱਡ ਕੇ ਜਿਹੜੇ ਵਿਦੇਸ਼ ਕਰੰਸੀ ਵਗੈਰਾ ਡਿਫੈਂਸ ਬਾਕੀ ਸਾਰਾ ਕੁਛ ਜਿਹੜਾ ਸਟੇਟਸ ਨੂੰ ਦੇਣਾ ਚਾਹੀਦਾ, ਬਸ ਤਾਂ ਉਹੀ ਹੈ। ਤੇ ਦੂਜੇ ਪਾਸੇ ਭਾਈ ਅੰਮ੍ਰਿਤਪਾਲ ਸਿੰਘ ਖਾਲਿਸਤਾਨ ਦੀ ਗੱਲ ਕਰਦੇ, ਦੋਨਾਂ ਦੇ ਵਿਚਾਰ ਕਿੱਥੋਂ ਮਿਲਦੇ ਨੇ? ਉਹ ਤਾਂ ਇੱਕ ਵਾਰੀ ਉਹਨਾਂ ਦੀ ਮਾਂ ਨੇ ਕਹਿੰਦੇ ਜਦੋਂ ਜਿੱਤੇ ਸੀ ਕਿ ਵੀ ਬੜਾ ਖਾਲਿਸਤਾਨੀ ਦੇ ਉਹਨਾਂ ਦਾ ਮਾਂ ਨੂੰ ਪੈ ਗਏ ਸੀ, ਫਿਰ ਕਿੱਡੀ ਸਖਤ ਪ੍ਰਤੀਕਿਰਿਆ ਦਿੱਤੀ ਸੀ ਔਰ ਹਵਾਲੇ ਵੀ ਸਿੱਖ ਇਤਿਹਾਸ ਦੇ ਦਿੱਤੇ ਸੀ ਭਾਈ ਅੰਮ੍ਰਿਤਪਾਲ ਸਿੰਘ ਨੇ। ਤੇ ਇੱਕ ਪਾਸੇ ਆਈਡੀਆਲੋਜੀ ਕੁਛ ਹੋਰ ਹੈ, ਇਹਨਾਂ ਦੀ ਆਈਡੀਆਲੋਜੀ ਕੁਛ ਹੋਰ ਹੈ, ਇਕੱਠੇ ਤਾਂ ਨਹੀਂ ਹੋ ਸਕਦਾ। ਇਹ ਗੱਲ ਜੇ ਇਹਨਾਂ ਦੀ ਹੈ, ਜਿਹੜਾ ਬੰਦਾ ਬੇਸਿਕ ਜਦੋਂ ਤੁਹਾਡੇ ਵਿਚਾਰ ਨਾ ਮਿਲਦੇ ਹੋਣ ਕਿਵੇਂ ਇਕੱਠੇ ਹੋ ਸਕਦੇ ਨੇ? ਸੋ ਇਹ ਉਹਨਾਂ ਨੇ ਕਿਹਾ, ਦੇਖਦੇ ਆ ਕਿ ਕੋਈ ਬੜਾ ਮੋਟਾ ਮਿਨੀਮਮ ਪ੍ਰੋਗਰਾਮ ਤੇ ਇਕੱਠੇ ਹੋ ਜਾਣਗੇ, SGPC ਚੋਣ ਇਕੱਠੇ ਲੜ ਲਈਏ, ਮਨਦੀਪ ਸਿੱਧੂ ਨੂੰ ਇਕੱਠੇ ਲੜਾ ਲਈਏ, ਇਸ ਤਰ੍ਹਾਂ ਦਾ ਤਾਂ ਸ਼ਾਇਦ ਕੋਈ ਹੋ ਜਾਏ। ਬਾਕੀ ਜੋ ਇਹਨੇ ਕੰਗਨਾ ਰਣੌਤ ਨੇ ਕਿਹਾ ਉਹ ਤਾਂ ਇਹ ਤਾਂ ਮਤਲਬ ਕੰਗਨਾ ਰਣੌਤ ਬਾਰੇ ਤਾਂ ਹੁਣ ਗੱਲ ਕਰਨ ਨੂੰ ਵੀ ਦਿੱਲੀ ਕਰਦਾ, ਇਹੋ ਜਿਹਾ ਕੁਛ ਹੈ, ਪਰ ਹੁਣ ਕਰਨੀ ਪੈਣੀ ਹੈ। ਬ੍ਰੇਕ ਦਾ ਟਾਈਮ ਹੋ ਰਿਹਾ, ਪਰ ਉਦੋਂ ਪਹਿਲਾਂ ਮੈਂ ਬਾਅਦ ਦੱਸਦਾ ਬਰੀਫਲੀ ਵੀ ਅਗਲੇ ਪਾਸੇ ਜਦੋਂ ਆਵਾਂਗੇ 10 ਵਜੇ ਤੁਹਾਡੇ ਕੋਲ TV ਤੇ, ਤਾਂ ਉਦੋਂ ਐਮਰਜੈਂਸੀ ਫਿਲਮ ਦੀ ਗੱਲ ਕਰਾਂਗੇ ਕੰਗਨਾ ਰਣੌਤ ਦੀ, ਫਿਰ ਹਰਿਆਣਾ ਦੀ ਜ਼ਰੂਰ ਅਸੀਂ ਗੱਲ ਕਰਨੀ ਹੈ ਕਿ ਉਹਨਾਂ ਦੇ ਮੈਨੀਫੈਸਟੋ ਚ ਸਮਝ ਕੀ ਰੱਖਿਆ। ਬੋਲੀ ਲਾਉਣ ਲੱਗ ਗਏ, ਸਾਡਾ ਕਿਹੋ ਜਿਹਾ ਲੋਕਤੰਤਰ ਹੈ ਕਿ ਸਾਨੂੰ ਵੋਟ ਪਾਓ 2100 ਰੁਪਏ ਦੇਵਾਂਗੇ, ਔਰਤਾਂ ਨੂੰ ਉਹ 2000 ਦੇ ਰਹੇ ਕਾਂਗਰਸ, ਸਾਨੂੰ ਵੋਟ ਪਾਓ ਕੁੜੀਆਂ ਨੂੰ ਅਸੀਂ ਸਕੂਟੀ ਦੇਵਾਂਗੇ ਜਿਹੜੀਆਂ ਕਾਲਜ ਜਾਇਆ ਕਰਨਗੀਆਂ, ਅਗਲੀ ਵੀਰ ਨੂੰ ਅਸੀਂ ਸਰਕਾਰੀ ਨੌਕਰੀ ਦੇਵਾਂਗੇ। ਉਹ ਭਾਈ ਜੇ ਫਿਰ ਸਰਕਾਰੀ ਨੌਕਰੀ ਦੇਣੀ ਹੈ ਤੁਸੀਂ ਫੌਜੀ ਦੇ ਉਹਨਾਂ ਨੂੰ ਪੱਕੇ ਕਰ ਦਿਓ, ਉਹਨਾਂ ਨੂੰ ਕੱਢਣੀ ਕਿਉਂ 4 ਸਾਲ ਬਾਅਦ? ਬਹੁਤ ਸਾਰੀਆਂ ਗੱਲਾਂ ਕਰਨ ਵਾਲੀਆਂ ਨੇ, ਉਹ ਰਿਸਰਚ ਕਰਾਂਗੇ। ਡਾਕਟਰ ਬਲਵੀਰ ਸਿੰਘ ਕਹਿੰਦਾ ਝੂਠ ਬੋਲਦੇ ਨੇ ਪ੍ਰਾਈਵੇਟ ਹਸਪਤਾਲ ਵਾਲੇ, ਅਸੀਂ ਕਹਿੰਦਾ 600 ਕਰੋੜ ਨਹੀਂ ਦੇਣਾ ਜਿਹੜਾ ਆਮ ਆਯੁਸ਼ਮਾਨ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦਾ, ਅਸੀਂ ਤਾਂ 197 ਕਰੋੜ ਦੇਣੇ ਨੇ ਇਹਨਾਂ ਦੇ। ਖੈਰ ਦੇਣੇ ਤਾਂ ਹੈ ਨਾ, ਬਾਕੀ ਡਾਕਟਰਾਂ ਦੀ ਗੱਲ ਵੀ ਕਰਾਂਗੇ। ਕਲਕੱਤੇ ਵਾਲੇ ਡਾਕਟਰ ਆ ਗਏ, ਹੁਣ ਹੜਤਾਲ ਖੋਲਤੀ ਉਹਨਾਂ ਨੇ। ਆ ਰਾਣਾ ਗੁਰਮੀਤ ਸੋਢੀ ਦੀ ਵਿਜੀਲੈਂਸ ਦਾ ਕੇਸ ਕੀ ਹੈ, ਇਹ ਵੀ ਦੇਖਣ ਵਾਲਾ ਹੈ, ਇਹ ਵੀ ਗੱਲ ਕਰਾਂਗੇ, ਤੇ ਹੋਰ ਬਹੁਤ ਸਾਰੀਆਂ ਖਬਰਾਂ ਨੇ। ਪਹਿਲੇ ਦੱਸੋ ਕਿ ਪੰਜਾਬ ਦੇ ਵਿੱਚ BMW
ਜਿਹੜੀ ਕਾਰ ਹੈ ਉਹਦੇ ਬਣ ਗਏ ਜਿਹੜੇ ਪਾਰਟਸ। ਇਹ ਕਿਹਾ ਜਿਹੜਾ ਮੰਡੀ ਗੋਬਿੰਦਗੜ੍ਹ ਦੇ ਵਿੱਚ ਪਲਾਂਟ ਲਾਉਣ ਦੀ ਗੱਲ ਕੀਤੀ ਹੈ ਮਾਨ ਸਾਹਿਬ ਨੇ। ਭਗਵੰਤ ਮਾਨ ਨਾਲ ਜਿਹੜਾ ਇੱਕ ਵਫਦ ਸੀ ਇਹਨਾਂ ਦਾ, ਮਾਡਰਨ ਆਟੋਮੋਟਿਵਸ ਲਿਮਿਟਡ ਦਾ, ਉਹ ਮਿਲਿਆ, ਦਾਅਵਾ ਕੀਤਾ ਜਿਹੜੇ ਇਹ ਪੰਜਾਬ ਸਰਕਾਰ ਨੇ ਕਿ ਉਹ ਮਿਲਿਆ ਮਾਨ ਸਾਹਿਬ। ਮੁਲਾਕਾਤ ਹੋਈ, ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਲਾਵਾਂਗੇ ਪਲਾਂਟ ਤੇ ਫਿਰ ਰੁਜ਼ਗਾਰ ਮਿਲੂ। ਰੁਜ਼ਗਾਰ ਜਿਹੜਾ ਹੈ ਉਹ ਕੁਝ ਜ਼ਿਆਦਾ ਨਹੀਂ, ਕੋਈ ਬਹੁਤ ਵੱਡਾ ਪਲਾਂਟ ਤਾਂ ਹੈ ਨਹੀਂ, ਕੁਝ ਬਹੁਤ ਹਜ਼ਾਰਾਂ ਦੀ ਗਿਣਤੀ ਚ ਮਿਲੂ। 150 ਕਰੋੜ ਦੀ ਲਾਗਤ ਹੈ ਸਾਰੀ, 25 ਲੱਖ ਯੂਨਿਟ ਲੱਗਣੇ ਨੇ ਤੇ ਇਹ ਇੰਨੀ ਕੁ ਗੱਲ ਹੈ। ਅਦਿੱਤਿਆ ਗੋਇਲ, ਸਹੇਲ ਗੋਇਲ, ਮਨੀਸ਼ ਬਾਗਾ, ਇਹ ਜਿਹੜੀ ਫੋਟੋ ਦੇਖ ਰਹੇ ਹੋ ਉਹ ਮਿਲੇ। ਹੁਣ ਰੌਲਾ ਤਾਂ ਇਹ ਹੈ ਕਿ ਮਾਨ ਸਾਹਿਬ ਦਿੱਲੀ ਦੇ ਅਪੋਲੋ ਚੋਂ ਆਏ, ਕਦੋਂ ਆਏ, ਕਿੱਥੇ ਹੈ, ਕਿਹਨੇ ਦੱਸਿਆ। ਇਹ ਪੁਰਾਣੀ ਫੋਟੋ ਹੈ, ਤਾਜ਼ੀ ਫੋਟੋ ਹੈ, ਇਹ ਦੱਸਣ ਲਈ ਹੈ ਜਾਂ ਹੁਣ ਉਦੋਂ ਬਾਅਦ ਪੁਰਾਣੀ ਫੋਟੋ ਨੂੰ ਕੱਲ ਦੀ ਡੇਟ ਚ ਲੋਕਾਂ ਨੂੰ ਦਿੱਤਾ। ਆਮ ਤੌਰ ਤੇ ਜੇ ਇਸ ਤਰ੍ਹਾਂ ਦੀ ਕੋਈ ਗੱਲ ਹੁੰਦੀ ਹੈ, ਮਾਨ ਸਾਹਿਬ ਖੁਦ ਬਰੀਫ ਕਰਦੇ ਹੁੰਦੇ ਨੇ ਜੀ ਇੰਨਾ ਕੁਛ ਕਰਤਾ, ਮੈਂ ਜਰਮਨ ਗਿਆ ਸੀ ਤੁਹਾਡੇ ਸਾਹਮਣੇ ਹੈ ਕਿ ਜੀ ਉੱਥੋਂ ਦੇ ਨੇ। ਮਾਨ ਸਾਹਿਬ ਤਾਂ ਬਿਲਕੁਲ ਨਹੀਂ ਬੋਲੇ। ਸੋ ਇਸ ਕਰਕੇ ਚਰਚਾ ਤਾਂ ਮੀਡੀਆ ਚ ਇਹੀ ਹੈ ਕਿ ਜੀ ਇਹ ਦੱਸਣਾ ਚਾਹੀਦਾ ਸੀ ਕਿ ਪੁਰਾਣੀ ਫੋਟੋ ਹੈ ਕਿ ਨਵੀਂ ਫੋਟੋ ਹੈ, ਕਦੋਂ ਮੁਲਾਕਾਤ ਹੋਈ, ਕਦੋਂ ਵਫਦ ਮਿਲਿਆ। ਇਹ ਗੱਲ ਬਿਲਕੁਲ ਕਲੀਅਰ ਨਹੀਂ ਹੈ। ਖੈਰ ਹੁਣ ਆਪਾਂ ਗੱਲ ਕਰੀਏ ਐਮਰਜੈਂਸੀ ਫਿਲਮ। ਦੇਖੋ ਐਮਰਜੈਂਸੀ ਫਿਲਮ ਜਿਹੜੀ ਹੈ ਉਹਨੇ ਬੜੀ ਚਰਚਾ ਕਰਵਾਈ ਤੇ ਜਦੋਂ ਐਮਰਜੈਂਸੀ ਆਈ, ਦੇਖੋ ਇੱਕ ਗੱਲ ਤਾਂ ਹੈ ਵੀ ਕੰਗਨਾ ਰਣੌਤ ਦੇ ਇਹ ਤੇ ਆਪਦਾ ਫਲੈਟ ਵੇਚਿਆ, ਪਤਾ ਨਹੀਂ ਇਹਦੇ ਕਰਕੇ ਵੇਚਿਆ ਬੰਬੇ ਵਾਲਾ ਫਲੈਟ। ਉਦੋਂ ਵੈਸੇ ਪਹਿਲਾਂ ਵੀ ਰੌਲਾ ਚੱਲਦਾ ਸੀ, ਉਦੋਂ ਬਾਅਦ ਇਹ ਆਈ ਹੈ ਵਿੱਚ ਸਮਝੋ ਵੀ ਪਾਰਟੀ ਦੇ ਵਿੱਚ। ਤਾਂ ਅਸਲ ਲਾਈਮਲਾਈਟ ਤਾਂ ਇਹ ਕਿਸਾਨ ਅੰਦੋਲਨ ਦੇ ਵਿੱਚ ਆਏ ਨਾ, ਲੱਗਦਾ ਤਾਂ ਉਦੋਂ ਸੀ ਵੀ ਕੁਛ ਨਾ ਕੁਛ ਇਹਦੇ ਮਨ ਚ ਹੋਰ ਚੱਲ ਰਿਹਾ। ਹੋ ਸਕਦਾ ਜੈਲਲਿਤਾ ਜਦੋਂ ਇਹ ਰੋਲ ਕਰਿਆ ਉਦੋਂ ਇਹਦੇ ਮਨ ਚ ਆ ਗਿਆ ਹੋਵੇ ਕਿ ਮੈਂ ਵੀ ਪੋਲਿਟਿਕਸ ਜਾਵਾਂ। ਜੇ ਜੈਲਲਿਤਾ ਜਾ ਸਕਦੀ ਹੈ, ਪੁੱਛਦੀ ਹੈ ਬੰਦੇ ਦੇ ਮਨ ਦਾ ਥੋੜੀ ਪਤਾ ਲੱਗਦਾ। ਖੈਰ ਐਮਰਜੈਂਸੀ ਦੇ ਪ੍ਰੋਮੋ ਦੇ ਵਿੱਚ ਜੋ ਕੁਛ ਹੋਇਆ, ਹੁਣ ਬਾਰ ਬਾਰ ਦੱਸਣ ਦੀ ਲੋੜ ਨਹੀਂ ਕਿ ਜਿਵੇਂ ਉਹਦੇ ਮੂੰਹੋਂ ਕਹਾਇਆ ਗਿਆ, ਸੰਤ ਭਿੰਡਰਾਂ ਵਾਲੇ ਨੇ ਉਹਨੂੰ ਕਹਾਇਆ ਗਿਆ ਕਿ ਜੀ ਤੁਹਾਨੂੰ ਵੋਟ ਚਾਹੀਦੀ ਹੈ, ਸਾਨੂੰ ਖਾਲਿਸਤਾਨ ਚਾਹੀਦਾ ਹੈ, ਤੇ ਚਲੋ ਇਹ ਗੱਲ ਵੀ ਖਤਮ। ਉਦੋਂ ਬਾਅਦ ਜਿਹੜੀ ਇਹਦੇ ਬਿਆਨਬਾਜ਼ੀ ਕੀਤੀ ਤੇ ਸੰਤ ਭਿੰਡਰਾਂਵਾਲੇ ਦੇ ਖਿਲਾਫ ਜੋ ਬੋਲੀ, ਅੱਤਵਾਦੀ ਕਿਹਾ, ਅਮਰੀਕਾ ਦੇ ਹਥਿਆਰ ਉਹਦੇ ਕੋਲ, ਮੰਦਿਰ ਚ ਲੋਕ ਗਿਆ, ਪਤਾ ਨਹੀਂ ਕੀ ਕਿਹਾ। ਪਹਿਲਾਂ ਦੇ ਕਹਿੰਦੇ ਮੱਛਰ ਵਾਂਗੂ ਮਸਲ ਤਾਂ ਸਾਡੀ ਫੌਜ ਨੇ, ਪਤਾ ਨਹੀਂ ਪੁੱਠੇ ਸਿੱਧੇ ਜਿਹੇ ਜਿਹੇ ਡੱਬ ਚਾਹੁੰਦੇ ਨੇ ਲੋਕਾਂ ਨੂੰ ਚਾਹੁੰਦੇ ਤੇ ਉਹ ਇਸ ਕਰਕੇ ਲੱਗੀ ਹੋਈ ਹੈ। ਮਤਲਬ ਫਿਲਮ ਦੇ ਵਿੱਚ ਐਕਟਿੰਗ ਵੀ ਆਪ ਕੀਤੀ ਹੈ, ਲਿਖੀ ਵੀ ਆਪ ਹੈ, ਪ੍ਰੋਡਿਊਸਰ ਵੀ ਆਪ ਹੈ, ਡਾਇਰੈਕਟਰ ਵੀ, ਸਾਰਾ ਕੁਛ ਇਹਦਾ ਆਉਂਦਾ ਹੈ। ਮਤਲਬ ਹੁਣ ਲਿਖਣ ਵਾਲਾ ਜਿਹੜਾ ਹੈ ਕਿੰਨੀ ਕੁ ਰਿਸਰਚ ਕੀਤੀ ਹੋਈ ਹੈ। ਜਿਹੜੀ ਕੁੜੀ ਨੂੰ ਇਹ ਨਹੀਂ ਪਤਾ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਕੌਣ ਹੈ, ਕਿੰਨੀ ਕੁ ਸਿਆਸੀ ਤੌਰ ਤੇ ਉਹ ਜਾਣਕਾਰ ਹੋਊਗੀ। ਖੈਰ ਇਹਦੇ ਫਿਰ ਇਹਦੇ ਕੇਸ ਕਈ ਹੋਏ, ਵਿਰੋਧ ਹੋਇਆ ਇਹਦੀ ਫਿਲਮ ਦਾ
ਤੇ ਉਦੋਂ ਬਾਅਦ ਖੁਦ ਗਈ ਕੋਰਟ ਦੇ ਵਿੱਚ ਵੀ ਮੇਰੀ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਹੋਈ ਨਹੀਂ। ਮੈਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ CBFC ਵੱਲੋਂ, ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਵੱਲੋਂ ਮੈਨੂੰ ਸਰਟੀਫਿਕੇਟ ਦਵਾਇਆ ਜਾਵੇ। ਇਹ ਕੋਰਟ ਦੇ ਵਿੱਚ ਕਈ ਕੋਰਟ ਜਿਹਦੇ ਵਿਰੋਧ ਚ ਹੋਇਆ। ਹੁਣ ਜਿਹੜੀ ਇਹਦੀ ਆਪਦੀ ਪਟੀਸ਼ਨ ਸੀ ਉਹਦੇ ਮਾਮਲੇ ਚ ਬੰਬੇ ਹਾਈ ਕੋਰਟ ਨੇ ਕੱਲ ਇਹ ਗੱਲ ਕਹੀ ਹੈ ਕਿ ਇਹਨੂੰ 25 ਸਤੰਬਰ ਤੱਕ ਫੈਸਲਾ ਲਓ, ਸਰਟੀਫਿਕੇਟ ਦੇਣਾ ਜਾਂ ਨਹੀਂ ਦੇਣਾ। ਪਹਿਲਾਂ ਸਰਟੀਫਿਕੇਟ ਦੇਣ ਦੀ ਇਹ ਗੱਲ ਆਈ ਸੀ ਕਿ ਇਹਨੂੰ ਕਿਹਾ ਗਿਆ ਕਿ ਜਿਹੜੇ ਜਿਹੜੇ ਭਾਈਚਾਰੇ ਨੂੰ ਕੁਛ ਇਤਰਾਜ਼ਯੋਗ ਸੀਨ ਨੇ ਉਹਨਾਂ ਤੇ ਕੱਟ ਲਾਓ, ਕੱਟ ਲਾ ਕੇ ਤੁਸੀਂ ਇਹ ਜਿਹੜੀ ਹੈ ਫਿਲਮ ਰਿਲੀਜ਼ ਕਰ ਲਓ। ਤੇ ਇਹ ਹੁਣ ਇਹਨਾਂ ਨੇ ਕਿਹਾ ਵੀ 25 ਸਤੰਬਰ ਤੱਕ ਜੋ ਵੀ ਕਰਨਾ ਸਰਟੀਫਿਕੇਟ ਜਿਹੜਾ ਹੈ ਸੈਂਸਰ ਬੋਰਡ ਨੇ ਦੇਣਾ ਹੈ, ਜਿਹਨੂੰ ਅਸੀਂ BFC ਕਹਿੰਦੇ ਹਾਂ ਨਾ, ਸੈਂਟਰ ਬੋਰਡ ਆਫ ਫਿਲਮ ਸਰਟੀਫਿਕੇਸ਼ਨ। ਉਹਨਾਂ ਨੂੰ ਕੋਰਟ ਨੇ ਵੈਸੇ ਨਾਰਾਜ਼ਗੀ ਜਤਾਈ ਹੈ ਜਿਹੜਾ ਹੈ ਬੋਰਡ ਨਾਲ, ਕਹਿੰਦੇ ਕਿ ਤੁਸੀਂ ਅਗਲੇ ਦੀ ਪ੍ਰਗਟਾਵੇ ਦੀ ਆਜ਼ਾਦੀ ਹੈ, ਤੁਸੀਂ ਉਹਨੂੰ ਰੋਕ ਸਕਦੇ ਹੋ, ਤੁਸੀਂ ਕਰੋ। ਦੂਜੇ ਪਾਸੇ ਜਿਹੜਾ ਤੁਹਾਨੂੰ ਦੱਸਿਆ ਜਿਹੜੀ ਹਰ ਰੋਜ਼ ਦੀ ਚੱਲਦੀ ਹੈ ਕਮਨਾ ਰੋਜ਼ ਦੀ ਗੱਲ, ਉਹ ਜਾਰੀ ਹੈ। ਉਹਦੇ ਚ ਕੋਈ ਦੋ ਰਾਵਾਂ ਨਹੀਂ ਕਿ ਉਹ ਕੰਟਰੋਵਰਸੀ ਇਸ ਫਿਲਮ ਦੇ ਲਈ ਬਹੁਤ ਸਿਹੜੀ ਹੋਈ ਹੈ, ਸ਼ੌਕ ਹੈ ਜਾਂ ਪਬਲਿਸਿਟੀ ਸਟੰਟ ਹੈ, ਕੀ ਹੈ, ਬਹੁਤ ਵਾਰੀ ਗੱਲ ਹੋ ਚੁੱਕੀ। ਦੇਖੋ ਮੇਰੇ ਦੋਸਤੋ, ਹਰਿਆਣਾ ਦੇ ਵਿੱਚ ਚੋਣ ਮੈਨੀਫੈਸਟੋ ਜਾਰੀ ਕਰਤਾ ਭਾਰਤੀ ਜਨਤਾ ਪਾਰਟੀ ਨੇ। ਪਹਿਲਾਂ ਤਾਂ ਕੀ ਕਹੇ ਨੇ 20 ਪੁਆਇੰਟ ਉਹ ਦੱਸ ਦਿੰਦੇ, ਫਿਰ ਟਿੱਪਣੀ ਕਰ ਲੈਂਦੇ ਆਪਾਂ। ਦੇਖੋ ਕਹਿੰਦੇ ਜੀ, ਔਰਤਾਂ ਨੂੰ ਦੇਵਾਂਗੇ 2100 ਰੁਪਇਆ, 10 ਲੱਖ ਰੁਪਏ ਦਾ ਮੁਫ਼ਤ ਇਲਾਜ ਕਰਾਂਗੇ, 24 ਫਸਲਾਂ ਤੇ ਦੇਵਾਂਗੇ MSP, 2 ਲੱਖ ਦੇਵਾਂਗੇ ਸਰਕਾਰੀ ਨੌਕਰੀਆਂ ਜੇ ਅਸੀਂ ਆਉਂਦੇ ਹਾਂ, ਸ਼ਹਿਰਾਂ ਤੇ ਪਿੰਡਾਂ ਚ 5 ਲੱਖ ਆਵਾਸ ਜਿਹੜੀ ਘਰ ਬਣਾਵਾਂਗੇ, ਡਾਇਲਿਸਿਸ ਮੁਫ਼ਤ ਦੇਵਾਂਗੇ, 500 ਰੁਪਏ ਦਾ ਸਿਲੰਡਰ ਦੇਵਾਂਗੇ, ਹਰੇਕ ਕਾਲਜ ਦੀ ਕੁੜੀ ਜਿਹੜੀ ਕਾਲਜ ਚ ਜਾਊਗੀ ਉਹਨੂੰ ਸਕੂਟਰ ਦੇਵਾਂਗੇ, ਸਕੂਟਰ ਜਾਂ ਸਕੂਟੀ ਜੋ ਵੀ, ਉਹ ਨਹੀਂ ਦੱਸਿਆ ਵੀ ਕਿਹੜਾ ਦੇਣਾ। ਹਰ ਅਗਨੀਵੀਰ ਜਿਹੜਾ ਹਰਿਆਣੇ ਦਾ ਹੋਊਗਾ ਉਹਨੂੰ ਸਰਕਾਰੀ ਨੌਕਰੀ ਦੇਵਾਂਗੇ, ਪਿਛੜੇ ਸਮਾਜ ਮਤਲਬ 36 ਬਰਾਦਰੀਆਂ ਦਾ ਜ਼ਿਕਰ ਕੀਤਾ ਹੈ, ਉਹਦਾ ਕਲਿਆਣ ਬੋਰਡ ਬਣਾਵਾਂਗੇ ਸਭ ਦੇ। ਤੇ ਪੈਨਸ਼ਨ OPS ਓਲਡ ਪੈਨਸ਼ਨ ਸਕੀਮ ਦੀ ਗੱਲ ਨਹੀਂ ਕੀਤੀ, ਪਰ ਵਾਧਾ ਕਰਨ ਦੀ ਗੱਲ ਕੀਤੀ ਹੈ। ਹੁਣ ਇਹ ਗੱਲਾਂ ਨੇ, ਹੁਣ ਇਹਨਾਂ ਤੇ ਆਪਾਂ ਜੇ ਗੱਲ ਕਰਨੀ ਹੋਵੇ, ਦੇਖੋ ਇਉਂ ਲੱਗਦਾ ਕਿ ਹਰਿਆਣਾ ਦੇ ਵਿੱਚ ਔਰਤਾਂ ਦੇ ਤਾਂ ਵੋਟਾਂ ਦੀ ਬੋਲੀ ਲੱਗਣੀ ਹੋ ਗਈ ਸ਼ੁਰੂ। ਕਾਂਗਰਸ ਨੇ ਦੇਖੋ ਪਹਿਲਾਂ ਤਾਂ ਪੰਜਾਬ ਚ ਚਾਹੇ ਝੂਠ ਹੀ ਵਾਅਦਾ ਕੀਤਾ ਸੀ, ਕੇਜਰੀਵਾਲ ਨੇ 1000 ਰੁਪਇਆ ਦੇਣ ਦੀ ਗੱਲ ਕੀਤੀ ਸੀ ਔਰਤਾਂ ਨੂੰ। ਹੁਣ ਹਰਿਆਣਾ ਚ ਕਹਿੰਦੇ ਜੀ, ਕਾਂਗਰਸ ਵਾਲੇ ਕਹਿੰਦੇ ਸੀ 2000 ਦੇਵਾਂਗੇ, ਇਹ ਕਹਿੰਦੇ ਸੀ 2100 ਦੇਵਾਂਗੇ। ਕਮਾਲ ਤਾਂ ਇਹ ਹੈ, ਨਾ ਤਾਂ ਪੰਜਾਬ ਚ 2000 ਦਿੱਤਾ, 1000 ਰੁਪਇਆ ਦਿੱਤਾ ਜਿਹੜਾ 1100 ਕਰਤਾ ਸੀ ਭਗਵੰਤ ਮਾਨ ਨੇ। ਬੋਲਣ ਚ ਜਦੋਂ ਗੱਲਾਂ ਦਾ ਕੜਾਹ ਬਣਾਉਣਾ ਕੀ ਫਰਕ ਪੈਂਦਾ, 100 ਹੋਰ ਵਧਾ ਦਿੰਦੇ ਚਾਹੇ। ਲੇਕਿਨ ਇੱਥੇ ਵੀ ਕਿਤੇ ਨੀ ਕਿਹਾ ਵੀ ਜਿੱਤੋਂ ਤੋਂ ਬਾਅਦ ਕਦੋਂ ਦੇਣਾ, ਜਿਵੇਂ ਉਹਨਾਂ ਨੇ ਨੀ ਕਿਹਾ ਵੀ ਕਦੋਂ ਦੇਣਾ, ਤੇ ਇੱਥੇ ਵੀ ਨਹੀਂ। ਫਿਰ ਸਕੂਟੀ ਦੇਵਾਂਗੇ, ਕਿਹੜੀ ਦੇਣੀ ਹੈ, ਕਦੋਂ ਦੇਣੀ ਹੈ, ਕਿਹੜੇ ਕਾਲਜ ਵਾਲੇ ਦੇਣੀ ਹੈ, ਕੋਈ ਮਤਲਬ ਨਹੀਂ, ਵੋਟਾਂ ਲੈਣੀਆਂ ਨੇ। ਸਭ ਤੋਂ ਮਜ਼ਾਕ ਵਾਲੀ ਗੱਲ ਤਾਂ ਜਿਹੜੀ ਹੋਈ ਹੈ ਅਗਨੀਵੀਰ, ਕਹਿ ਜੀ ਅਗਨੀਵੀਰ ਨੂੰ ਸਰਕਾਰੀ ਨੌਕਰੀ ਦੇਵਾਂਗੇ। ਉਹ ਭਾਈ ਉਹ ਸਰਕਾਰੀ ਨੌਕਰੀ ਜੇ ਤੁਸੀਂ ਅਗਨੀਵੀਰ ਨੂੰ ਨੌਕਰੀ ਦੇਣੀ ਹੈ, ਉਹ ਪੱਕੀ ਨੌਕਰੀ ਹੈ, ਫੌਜ ਚ ਹੀ ਪੱਕਾ ਕਰੋ ਉਹਨੂੰ।
ਅਗਨੀ ਵਿੱਚ 4 ਸਾਲ ਬਾਅਦ ਕਿਉਂ ਰਿਟਾਇਰ ਕਰਦੇ ਹੋ ਉਹਨੂੰ? ਮਤਲਬ ਉਹ ਤਾਂ ਪੱਕਾ ਹੁੰਦਾ ਸੀ, ਬਾਹਰ ਵੀ ਤਾਂ ਪੱਕੀ ਨੌਕਰੀ ਦੇਣ ਦੀ ਗੱਲ ਕਰ ਰਹੇ ਹੋ, ਤੁਹਾਡੀ ਸਰਕਾਰ ਉੱਤੇ ਹੈ, ਤੁਹਾਡੀ ਇਹ ਡਬਲ ਇੰਜਨ ਦੀ ਸਰਕਾਰ ਹੈ, ਕਹੋ ਉਹਨਾਂ ਨੂੰ ਵੀ ਪੱਕੇ ਤੌਰ ਤੇ ਫੌਜ ਭਰਤੀ ਹੋਵੇ। ਇਹ ਕੀ ਮਤਲਬ ਹੋਇਆ ਜੀ ਉੱਥੋਂ ਆ ਜਾਓ, ਤੁਹਾਨੂੰ ਇੱਥੇ ਨੌਕਰੀ ਦੇਵਾਂਗੇ, ਕਿੱਥੇ ਦਿਓਗੇ ਤੁਸੀਂ? ਕੋਈ ਨੀ ਦੱਸਿਆ ਪੱਕੀ ਨੌਕਰੀਆਂ ਦੇਣੀਆਂ ਕਿੱਥੋਂ ਨੇ, ਜੇ 2 ਲੱਖ ਨੌਕਰੀਆਂ ਤੁਸੀਂ ਦੇਣੀਆਂ ਸੀ ਪਹਿਲਾਂ ਕਿੱਥੇ ਸੀ? ਸੋ ਬਹੁਤ ਸਾਰੇ ਸਵਾਲ ਨੇ। MSP 24 ਫਸਲਾਂ ਤੇ ਦੇਣੀ ਹੈ, ਦਵਾ ਦਓ, ਉਹ ਤਾਂ ਬੈਠੇ ਨੇ ਕਿਸਾਨ ਤਾਂ ਉੱਥੇ, ਕੋਈ ਗੱਲ ਨੀ ਉੱਥੇ ਉਹਨਾਂ ਦੀ ਉਸ ਤਰ੍ਹਾਂ ਦੀ। ਉਹ ਸਿਲੰਡਰ ਉਹ ਵੀ 500, ਕਾਂਗਰਸ ਵੀ ਇਹ ਵੀ ਕਹਿੰਦੇ 500 ਦਾ ਦੇਵਾਂਗੇ। ਸੋ ਇਹ ਜਿਹੜੇ ਵੋਟਾਂ ਵਿਚਾਰਧਾਰਾ ਬਿਲਕੁਲ ਨੀ, ਕਿੱਥੋਂ ਪੈਸਾ ਆਉਣਾ ਕੁਛ ਨੀ ਦੱਸਿਆ, ਸਿਰਫ ਜਿਹੜੇ ਲੋਕਾਂ ਨੂੰ ਵੋਟਰਾਂ ਨੂੰ ਲੁਭਾਉਣ ਵਾਲੇ ਜਿਹੜੇ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਇਹਨਾਂ ਚੋਣ ਮੈਨੀਫੈਸਟੋ ਦੇ ਵਿੱਚ। ਧੋਖਾ ਗੁੰਮਰਾਹ ਕਰਨ ਵਾਲੀ ਗੱਲ ਆਮ ਹੋ ਗਈ ਸਾਡੇ ਦੇਸ਼ ਦੇ ਵਿੱਚ। ਅਸੀਂ ਪੰਜਾਬੀਆਂ ਨੇ ਤਾਂ ਪਹਿਲੇ ਦੇਖ ਚੁੱਕੇ ਹਾਂ, ਔਰ ਪੰਜਾਬ ਦੀਆਂ ਔਰਤਾਂ ਤਾਂ ਦੇਖੋ 2.5 ਸਾਲ ਹੋ ਗਏ ਕੋਈ ਨਿਸ਼ਾਨ ਨਹੀਂ, ਪੈਸਾ ਆਉਣਾ ਕਿੱਥੋਂ? ਬਿਲਕੁਲ ਨਹੀਂ। ਜੇ ਮੰਨ ਲਓ 1000 ਰੁਪਇਆ ਦੇ ਵੀ ਦਿੰਦੇ ਨੇ ਤਾਂ ਦਿਓਗੇ ਕਿੱਥੇ? ਕਰਜ਼ਾ ਲੈ ਕੇ ਜਾਣਾ, ਉਹ ਵੀ ਸਾਡੇ ਪੰਜਾਬੀਆਂ ਦੇ ਸਿਰ ਪੈਣਾ ਹੈ। ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਦੇ ਗੱਲਾਂ ਦਾ ਕੋਈ ਮਤਲਬ ਨਹੀਂ। ਹੁਣ ਇੱਕ ਖਬਰ ਲਈਏ ਆਪਾਂ, ਡਾਕਟਰ ਬਲਵੀਰ ਸਿੰਘ ਦੀ, ਸਿਹਤ ਮੰਤਰੀ ਨੇ ਪੰਜਾਬ ਦੇ, ਉਹ ਕਹਿੰਦੇ ਨੇ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਯੋਜਨਾ। ਅਸਲ ਦੇ ਵਿੱਚ ਕਿਉਂ ਕਹਿਣਾ ਪਿਆ ਇਹਨਾਂ ਨੂੰ, ਇੱਕ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਹੈ ਪ੍ਰਾਈਵੇਟ ਕਾਲਜਾਂ ਦੀ, FHANA, ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਸਾਡੇ ਪ੍ਰਾਈਵੇਟ ਜਾਂ ਨਿੱਜੀ ਹਸਪਤਾਲਾਂ ਚ ਹੁਣ ਇਹ ਕਾਰਡ ਨਹੀਂ ਚੱਲਣਗੇ। ਕਾਰਨ ਉਹਨਾਂ ਨੇ ਦੱਸਿਆ ਸੀ ਕਿ ਇਹ ਸਾਨੂੰ ਪੈਸਾ ਨਹੀਂ ਦਿੰਦੇ, ਇਹਨਾਂ ਦਾ 600 ਕਰੋੜ ਰੁਪਇਆ ਬਕਾਇਆ ਪਿਆ। ਹੁਣ ਉਹ ਡਾਕਟਰ ਬਲਵੀਰ ਸਿੰਘ ਕਹਿੰਦੇ ਝੂਠ ਬੋਲਦੇ ਨੇ, ਗੁੰਮਰਾਹ ਕਰਦੇ ਨੇ, ਇਹ ਝੂਠਾ ਪ੍ਰਚਾਰ ਹੈ, ਇਹਨਾਂ ਦਾ ਦਾਵਾ ਮੈਂ ਰੱਦ ਕਰਦਾ। ਇਹ ਡਾਕਟਰ ਬਲਵੀਰ ਸਿੰਘ ਨੇ ਗੱਲ ਕਹੀ ਸਿਹਤ ਮੰਤਰੀ ਪੰਜਾਬ ਨੇ। ਉਹ ਕਹਿੰਦੇ ਦੇਖੋ ਇਹਨਾਂ ਹਸਪਤਾਲਾਂ ਦਾ ਅਸੀਂ ਸਿਰਫ 197 ਕਰੋੜ ਦੇਣਾ ਹੈ, 600 ਕਰੋੜ ਨਹੀਂ ਦੇਣਾ। ਕੁੱਲ ਅਸੀਂ ਦੇਣਾ 364 ਕਰੋੜ, ਤੇ ਇੱਕ ਸਰਕਾਰ ਜਿਹੜੇ ਹਸਪਤਾਲ ਨੇ ਉਹਨਾਂ ਦਾ ਵੀ ਦੇਣਾ 166 ਕਰੋੜ। ਇਹ ਜਿਹੜਾ 197 ਕਰੋੜ ਦੇਣਾ ਇਹ ਕਹਿੰਦੇ ਸਾਡਾ ਹੈ 600 ਕਰੋੜ ਨਹੀਂ। ਗੱਲ ਪਤਾ ਕੀ ਹੈ? ਗੱਲ ਤਾਂ ਇਹ ਹੈ, ਵੈਸੇ ਤਾਂ ਹਸਪਤਾਲ ਕੇਸੀ ਉਦੋਂ ਚੰਗੀ ਤਰ੍ਹਾਂ ਲੀਕ ਕਰਦਾ ਹੈ ਜੇ ਕੋਈ ਪ੍ਰਾਈਵੇਟ ਹਸਪਤਾਲ ਚ ਜਾਓ, ਜੇ ਉਹਨਾਂ ਨੂੰ ਕਹੋ ਕਿ ਸਾਡੇ ਕੋਲ ਪੁੱਛਦੇ ਜਾਣ ਸਰ ਪਾਲਿਸੀ ਹੈ, ਜਿਹਦੇ ਕੋਲ ਕਿਸੇ ਚੰਗੇ ਕੰਪਨੀ ਦੀ ਪਾਲਿਸੀ ਹੈ ਤੇ ਉਹਦਾ ਇਲਾਜ ਵੀ ਹੋਵੇ ਹੁੰਦਾ, ਕਿਉਂਕਿ ਉਹਨਾਂ ਨੂੰ ਪਤਾ ਹੈ ਪੈਸਾ ਕੰਪਨੀ ਨੇ ਦੇਣਾ ਹੈ ਔਰ ਕੰਪਨੀ ਨਾਲ ਗੱਲਬਾਤ ਹੁੰਦੀ ਹੈ ਉਹਨਾਂ ਦੀ। ਬਹੁਤ ਵਾਰ ਕੰਪਨੀਆਂ ਇਹ ਵੀ ਕਹਿ ਦਿੰਦੀਆਂ ਨੇ ਇਹਦੇ ਚ ਇਸ ਤਰ੍ਹਾਂ ਦੀ ਬਿਮਾਰੀ ਕੱਢ ਦਿਓ ਤਾਂ ਕਿ ਸਾਨੂੰ ਪੈਸਾ ਨਾ ਦੇਣਾ ਪਵੇ, ਤੇ ਫਿਰ ਉਹ ਕਹਿ ਦਿੰਦੇ ਨੇ ਜੀ ਸਾਨੂੰ ਪਹਿਲਾਂ ਨੀ ਦੱਸਿਆ, ਲੁਕੋਇਆ ਸੀ, ਇਹਨੂੰ ਸ਼ੂਗਰ ਸੀ, ਇਹਨੂੰ ਇਹ ਸੀ ਇਹ ਸੀ, ਪੈਸਾ ਨਹੀਂ ਦਿੰਦੇ। ਇਹ ਵੀ ਸਾਰਾ ਕੁਛ ਮਿਲ ਮਿਲਾ ਕੇ ਚੱਲਦਾ ਹੈ। ਖੈਰ 197 ਕਰੋੜ ਸਹੀ ਦੇਣਾ ਤਾਂ ਹੈ ਬਲਵੀਰ ਸਿੰਘ ਜੀ, ਪੈਸਾ ਤਾਂ ਦਿਓ ਨਾ ਤੁਸੀਂ ਜੇ ਦੇਣਾ ਹੀ ਹੈ ਤੁਸੀਂ, ਇਹ ਗੱਲ ਹੋਣੀ ਚਾਹੀਦੀ ਹੈ। ਬਾਕੀ ਆ ਮੋਦੀ ਸਾਹਿਬ ਗਏ ਸੀ ਸ੍ਰੀਨਗਰ, ਉੱਥੇ ਉਹਨਾਂ ਨੇ ਕਟੜਾ ਚ ਰੋਡ ਸ਼ੋਅ ਵੀ ਕੀਤਾ, ਹਾਲੇ ਤਾਂ 24 ਸੀਟਾਂ ਤੇ ਵੋਟ ਪਈ ਹੈ, ਬਾਕੀਆਂ ਤੇ ਪੈਣੀ ਹੈ। ਔਰ ਮੋਦੀ ਸਾਹਿਬ ਫਿਰ ਜੰਮੂ ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣ ਦੀ ਆਪ
ਡਿਊਟੀ ਬੁਲਾਇਆ, ਆਪ ਹੀ ਸੂਬੇ ਦਾ ਦਰਜਾ ਦੇਣ ਦੀ ਗੱਲ ਕਹਿ ਰਹੇ ਨੇ ਕਿ ਅਸੀਂ ਬੜੀ ਜਲਦੀ ਜਿਹੜਾ ਹੈ ਉਹਨਾਂ ਨੂੰ ਦਰਜਾ ਦੇਵਾਂਗੇ। ਦੇਖੋ ਕੋਲਕਾਤਾ ਨੇ ਇਸ ਵਾਰ ਤਾਂ ਵੱਡੀਆਂ ਖਬਰਾਂ ਜਿਹੜੀਆਂ ਰਹੀਆਂ, ਬੜੀ ਅਨਫਾਰਚੂਨੇਟ ਸੀ ਜਿਹੜੀ ਕੁੜੀ ਦੀ ਡੈਥ ਹੋਈ ਹੈ, ਕੋਈ ਸ਼ੱਕ ਨਹੀਂ ਡਾਕਟਰ ਨੂੰ ਜਿਹਨੇ ਮਾਰਿਆ ਗਿਆ, ਰੇਪ ਕੀਤਾ ਗਿਆ, ਲੇਕਿਨ ਉਦੋਂ ਬਾਅਦ 42 ਦਿਨ ਤੱਕ ਡਾਕਟਰ ਜਿਹੜੇ ਜੂਨੀਅਰ ਡਾਕਟਰ ਸਟ੍ਰਾਈਕ ਤੇ ਰਹੇ। ਵਾਰ ਵਾਰ ਮਮਤਾ ਬੈਨਰਜੀ ਨੇ ਕਿਹਾ ਕਿ ਤੁਸੀਂ ਆਓ ਕੰਮ ਤੇ ਆਓ, ਫਿਰ ਉਹਨਾਂ ਦੀਆਂ ਜਿਹੜੀਆਂ 5 ਮੰਗਾਂ ਸੀ ਉਹ ਮੰਨੀਆਂ ਗਈਆਂ ਤੇ ਫਿਰ ਹੁਣ ਜਦੋਂ ਇਹਨਾਂ ਨੇ ਜਿਹੜਾ ਉੱਥੋਂ ਦਾ ਸੰਦੀਪ ਘੋਸ਼ ਸੀ ਉਹਦਾ ਲਾਇਸੈਂਸ ਵੀ ਰੱਦ ਕੀਤਾ, ਜਿਹੜਾ ਡਾਕਟਰੀ ਦਾ ਲਾਇਸੈਂਸ ਸੀ ਉਹਨੂੰ ਡਾਕਟਰ ਨਹੀਂ ਰੋਕਦਾ, ਪੁਲਿਸ ਕਮਿਸ਼ਨਰ ਜਿਹੜਾ ਹੈ ਉਸ ਨੂੰ ਬਦਲਿਆ, ਨਵਾਂ ਪੁਲਿਸ ਕਮਿਸ਼ਨਰ ਆ ਗਿਆ, ਉਹਨੇ ਵੀ ਹਸਪਤਾਲ ਦਾ ਦੌਰਾ ਕੀਤਾ। ਤੋ ਅਲਟੀਮੇਟਲੀ ਜਿਹੜੇ 42 ਦਿਨਾਂ ਬਾਅਦ ਕੱਲ ਜਿਹੜੀ ਹੈ ਹੜਤਾਲ ਖਤਮ ਹੋਈ ਹੈ, ਵਾਪਸ ਲੈ ਲਈ ਹੈ ਉਹਨਾਂ ਨੇ। ਤੇ ਅਸਲ ਕੱਲ ਵੀਰਵਾਰ ਨੂੰ ਮਤਲਬ ਉੱਥੇ ਜਨਰਲ ਬਾਡੀ ਦੀ ਮੀਟਿੰਗ ਹੋਈ ਸੀ ਡਾਕਟਰਾਂ ਦੀ, ਉੱਥੇ ਉਹਨਾਂ ਨੇ ਫੈਸਲਾ ਕੀਤਾ ਕਿ ਆਪਾਂ ਹੁਣ ਜਿਹੜਾ ਹੈ ਇਸਨੂੰ ਵਾਪਸ ਲਈਏ, ਬਹੁਤ ਹੋ ਗਿਆ ਤੇ ਹੁਣ ਕੇਸ ਜਿਹੜਾ ਹੈ ਉਹਨਾਂ ਨੇ ਵਾਪਸ ਲੈ ਲਿਆ। ਦੇਖੋ ਰਾਣਾ ਗੁਰਮੀਤ ਸੋਢੀ ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਨੇੜੇ ਰਹੇ, ਕੈਬਨਿਟ ਮੰਤਰੀ ਸੀ, ਇਹ ਤਾਂ ਸਭ ਨੂੰ ਪਤਾ ਅੱਜ ਕੱਲ੍ਹ ਭਾਰਤੀ ਜਨਤਾ ਪਾਰਟੀ ਚ ਨੇ। ਹੁਣ ਇੱਕ ਨਵਾਂ ਕੇਸ ਉੱਠਿਆ ਔਰ ਬਿਜ਼ਨਸ ਨੂੰ ਸ਼ਿਕਾਇਤ ਹੋਈ ਹੈ, ਕਹਿੰਦੇ ਜੀ ਬਦਲੀਆਂ ਕਰਾਉਣ ਲਈ ਇਹਨਾਂ ਨੇ ਨਾ ਬਦਲੀ ਕਰਾਉਣ ਲਈ 17 ਲੱਖ ਰੁਪਇਆ ਲਿਆ। ਜਿਹੜਾ ਸ਼ਿਕਾਇਤ ਕਰਤਾ ਉਹ ਮਲਕੀਤ ਸਿੰਘ ਉਹਦਾ ਨਾਂ ਹੈ, ਫਾਜ਼ਿਲਕਾ ਦਾ, ਕਹਿੰਦਾ ਮੈਨੂੰ ਉਹਨਾਂ ਨੇ ਕਿਹਾ ਕਿ ਸਿੱਖਿਆ ਵਿਭਾਗ ਐਜੂਕੇਸ਼ਨ ਡਿਪਾਰਟਮੈਂਟ, ਮੈਂ ਜਿੱਥੇ ਕਹੇਗਾ ਉੱਥੇ ਲਾਓ, ਮੈਂ ਦੇ 17 ਲੱਖ ਦੇਤਾ ਕਹਿੰਦੇ। ਕੰਮ ਹੋਇਆ ਨੀ, ਮੈਂ ਜਦੋਂ ਗਿਆ ਰੌਲਾ ਪਾਇਆ ਕਹਿੰਦੇ ਇਹਨਾਂ ਦੇ PSO ਨੇ ਮੇਰਾ ਫੋਨ ਖੋਹ ਕੇ ਟੋਇਲਟ ਸੁੱਟਤਾ, ਸਾਰੇ ਸਬੂਤ ਮੇਰੇ ਉਹਦੇ ਚ ਹੀ ਸੀ, ਉਹ ਮਿਟ ਕੇ ਕਹਿੰਦੇ ਤੇ ਹੁਣ ਤੁਸੀਂ ਬਿਜਨਸ ਜਾਂਚ ਕਰੇ ਇਸ ਗੱਲ ਦੀ ਉਹਨੇ ਸ਼ਿਕਾਇਤ ਕਰਤੀ ਹੈ। ਤੇ ਹੁਣ ਦੇਖੋ ਬਿਜਨਸ ਜਾਂਚ ਕਰਦੀ ਹੈ, ਕਹਿੰਦੇ ਨੇ ਕਿ ਜਾਂਚ ਸ਼ੁਰੂ ਕਰਦੀ, ਹਾਲਾਂਕਿ ਰਾਣਾ ਸੋਢੀ ਕਹਿੰਦਾ ਮੈਨੂੰ ਨੀ ਪਤਾ, ਨਾ ਹੀ ਮੈਂ ਇਹੋ ਜਿਹਾ ਕੁਛ ਕੀਤਾ, ਮੈਨੂੰ ਜਾਂਚ ਬਾਰੇ ਹਾਲੇ ਵੀ ਜਾਂਚ ਨੇ ਕੁਛ ਨਹੀਂ ਕਿਹਾ, ਲੇਕਿਨ ਇਹ ਗੱਲ ਨਿਊਜ਼ ਪੇਪਰ ਦੇ ਵਿੱਚ ਮੀਡੀਆ ਦੇ ਵਿੱਚ ਚੱਲ ਰਹੀ। ਹਰਿਆਣਾ ਦੇ ਵਿੱਚ ਕਿਸਾਨਾਂ ਨੇ ਇਹ ਕਿਹਾ ਸੀ ਕਿ ਜਿੱਥੇ ਵੀ ਤੁਸੀਂ ਆਓਗੇ ਅਸੀਂ ਤੁਹਾਨੂੰ ਸਵਾਲ ਪੁੱਛਾਂਗੇ ਪੋਲੀਟੀਕਲ ਪਾਰਟੀਜ਼ ਨੂੰ, ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ। ਹੁਣ ਉਹਨਾਂ ਨੇ ਕੀ ਕੀਤਾ ਕਿ ਗੁਰਲਾ ਦੇ ਵਿੱਚ ਗਿਆ ਸੀ ਦੁਸ਼ਾਂਤ ਚੌਟਾਲਾ, ਭਾਰਤੀ ਜਨਤਾ ਪਾਰਟੀ ਨਾਲ ਇਹਦੀ ਸਾਂਝ ਸੀ, ਉਪ ਮੁੱਖ ਮੰਤਰੀ ਰਿਹਾ ਸੀ, ਉੱਥੇ ਇਹਨੂੰ ਸਵਾਲ ਪੁੱਛੇ ਗਏ, ਸਵਾਲ ਜਵਾਬ ਜਿਹੜਾ ਹੈ ਲਗਾਤਾਰ ਕਰਦੇ ਨੇ ਲੋਕ, ਤੇ ਜਿਹਦੇ ਸਵਾਲ ਕੀਤੇ ਉਹ ਕਾਲਾ ਹਰੀਗੜ੍ਹ ਤੇ ਸਤਚੈਨ ਸਿੰਘ, ਵੱਡੀ ਖਿਡਾਰੀ ਆ ਗੱਲ, ਇਹ ਪਹਿਲੇ ਦਿਨ ਤਾਂ ਚਲੋ ਤੂੰ ਘੇਰ ਕੇ ਸਵਾਲ ਪੁੱਛ ਲਏ, ਉਦੋਂ ਮੈਂ ਤੁਹਾਨੂੰ ਦੱਸੀ ਸੀ ਕਿ ਚੌਟਾਲਾ ਨੂੰ ਜਾਣਾ ਪਿਆ, ਰਸਤਾ ਬਦਲ ਕੇ ਜਾਣਾ ਪਿਆ, ਲੇਕਿਨ ਹੁਣ ਇਹ ਪਤਾ ਲੱਗੇ ਵੀ ਅਗਲੇ ਦਿਨ ਨੇ ਜਦੇ ਹਮਲਾ ਹੋ ਗਿਆ, ਉਹ ਤੁਹਾਡੇ ਹਸਪਤਾਲ ਚ ਪਏ ਨੇ। ਯਾਨੀ ਜਿਹਨੇ ਦੁਸ਼ਾਂਤ ਚੌਟਾਲਾ ਤੋਂ ਸਵਾਲ ਪੁੱਛੇ ਸੀ, ਦੋਨੇ ਨੌਜਵਾਨਾਂ ਤੇ ਹਮਲਾ ਹੋ ਗਿਆ,
ਇਹ ਘਟਨਾ ਪਿੰਡ ਹਰੀਗੜ੍ਹ ਕਿੰਗਨ ਦੇ ਵਿੱਚ ਹੋਈ ਸੀ। ਇਹ ਸਵਾਲ ਪੁੱਛਣ ਤੇ ਵੀ ਜਿਹੜੀ ਆ ਰੋਕ ਲੱਗੂਗੀ, ਇਹ ਚੰਗੀ ਗੱਲ ਤਾਂ ਨਹੀਂ ਹੈ। ਸੋ ਪਿਆਰੇ ਦਰਸ਼ਕੋ, ਖਬਰਾਂ ਦਾ ਸਿਲਸਿਲਾ ਇੱਥੇ ਸਮਾਪਤ ਕਰਦੇ ਹਾਂ। ਕੱਲ ਮਿਲਾਂਗੇ ਆਪਾਂ 8:40 ਖਬਰ ਤੇ ਨਜ਼ਰ ਰਜਿੰਦਰ ਵਾਲੀਆ ਸ਼ੋਅ ਚ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।